ਪੰਜਾਬੀ ਰੇਡੀਓ 2 ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੀ। ਪ੍ਰੋਗਰਾਮ ਖਬਰ ਤੇ ਨਜ਼ਰ, ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮਿੰਟੂ ਗੁਰਸਰੀਆ ਜੀ। ਦੱਸਣਗੇ ਕਿ ਪੰਜਾਬ ਵਿੱਚ, ਭਾਰਤ ਵਿੱਚ ਕੀ ਕੁਛ ਵਾਪਰਦਾ ਹੈ, ਉਹਨਾਂ ਘਟਨਾਵਾਂ 'ਤੇ ਨਜ਼ਰ ਮਾਰਾਂਗੇ। ਨਜ਼ਰ ਮਾਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜੇ ਤੋਂ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ ਜੀ। ਕ੍ਰਿਸ਼ਨ ਧਨੋਤਾ ਜੀ ਜੁੱਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਤੇ ਅਵਤਾਰ ਸਿੰਘ ਚੰਦੀ ਅਰਨੋ ਐਕਸਪ੍ਰੈਸ ਵਾਲੇ ਕੋਚੇਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਅਤੇ ਲਾਲੀ ਸਿੱਧੂ ਜੀ ਬੇਕਰਸਫੀਲਡ, ਪ੍ਰੀਤਮ ਸਿੰਘ ਅਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਬਚਿੱਤਰ ਸਿੰਘ ਜੀ ਚਾਹਲ ਪ੍ਰਿਜ਼ਨ ਤੋਂ, ਗੁਰਪਾਲ ਸਿੰਘ ਸੋਹਲ ਕਲੋਬਸ ਤੋਂ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਅਤੇ ਮਿੰਟੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਮੋਦੀ ਤੇ ਛੋਰੀ ਦਾ ਫਿਰ ਹਮਲਾ, ਮੋਦੀ ਨੇ ਫਿਰ ਝੂਠ ਬੋਲਿਆ। ਇਹ ਹਮਲੇ ਆ ਜਿਹੜੇ ਭਾਰਤੀ ਜਨਤਾ ਪਾਰਟੀ ਵਿੱਚੋਂ ਜਿੱਦਾਂ ਦੇ ਹਮਲੇ ਹੋ ਰਹੇ ਆ, ਉਹ ਕਮਾਲ ਦਾ ਸੰਕੇਤ ਮਿਲਦਾ ਪਿਆ। ਏਦਾਂ ਲੱਗਦਾ ਜਿੱਦਾਂ ਭਾਰਤ ਨੂੰ ਇੱਕ ਵਾਰ ਫਿਰ ਵਿਰੋਧੀ ਧਿਰ ਮਿਲ ਗਈ ਹੈ, ਕਿਉਂਕਿ ਪਹਿਲਾਂ ਤਾਂ ਲੱਗਦਾ ਸੀ ਵਿਰੋਧੀ ਧਿਰ ਹੈ ਨਹੀਂ, ਪਰ ਕਮਾਲ ਦੀ ਗੱਲ ਹੈ ਕਿ ਵਿਰੋਧੀ ਧਿਰ ਐਤਕੀ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਨਿਕਲਦੀ ਨਜ਼ਰ ਆਉਂਦੀ ਆ। ਪਹਿਲਾਂ ਇਹਨਾਂ ਦੇ ਇੱਕ ਸੰਘ ਪ੍ਰਚਾਰਕ ਨੇ ਬਹੁਤ ਵੱਡਾ ਹਮਲਾ ਕੀਤਾ ਨੋਟਬੰਦੀ ਤੇ, ਫਿਰ ਬਾਅਦ ਦੇ ਵਿੱਚ ਇਹਨਾਂ ਦਾ ਜਿਹੜਾ ਸੁਬਰਾਮਨੀਅਮ ਸਵਾਮੀ, ਉਹਨੂੰ ਵਿਗੜਾ ਮਨੀਅਮ ਸਵਾਮੀ ਵੀ ਕਹਿ ਦਿੰਦੇ ਆ, ਬਹੁਤ ਵਿਗੜਿਆ ਹੋਇਆ ਉਹ ਵੀ, ਉਹਨੇ ਵੀ ਨੋਟਬੰਦੀ ਨੂੰ ਲੈ ਕੇ ਬੜਾ ਕਰਾਰਾ ਹਮਲਾ ਕੀਤਾ ਸੀ। ਫਿਰ ਯਸ਼ਵੰਤ ਸਿਨਹਾ, ਫਿਰ ਸ਼ਤਰੂਘਨ ਸਿਨਹਾ, ਹੁਣ ਅਰੁਣ ਛੇਤਰੀ। ਅਰੁਣ ਛੇਤਰੀ ਤੇ ਏਦਾਂ ਲੱਗਦਾ ਜਿੱਦਾਂ ਕਵੀਆਂ ਲੈ ਕੇ ਪੈਂਦਾ ਹੋਵੇ। ਇਹਨੇ ਦੋ ਤਿੰਨ ਦਿਨ ਪਹਿਲਾਂ ਵੀ ਬਹੁਤ ਖੁੰਬ ਠੱਪੀ ਸੀ ਇਹਨਾਂ ਦੀ, ਇੱਥੋਂ ਤੱਕ ਕਿ ਨੋਟਬੰਦੀ ਨੂੰ ਮਨੀ ਲਾਂਡਰਿੰਗ ਸਕੀਮ ਕਹਿ ਦਿੱਤਾ ਸੀਗਾ। ਅੱਜ ਫਿਰ ਅਰੁਣ ਛੇਤਰੀ ਨੇ ਰਹਿੰਦੀ ਖੁੰਹਦੀ ਕਸਰ ਕੱਢ ਦਿੱਤੀ। ਉਹ ਕਹਿੰਦਾ ਕਿ ਮੇਰੀਆਂ ਦੋ ਗਲਤੀਆਂ ਸੀਗੀਆਂ ਜ਼ਿੰਦਗੀ 'ਚ, ਇੱਕ ਵੀਪੀ ਸਿੰਘ ਦੇ ਨਾਲ ਤੁਰਨਾ ਔਰ ਦੂਸਰਾ ਮੋਦੀ ਦੀ ਸਪੋਰਟ ਕਰਨਾ। ਔਰ ਕਹਿੰਦਾ ਇਸ ਮਾਮਲੇ 'ਚ ਮੇਰੀ ਜਿਹੜਾ ਮਸ਼ਹੂਰ ਲੇਖਕ ਹੈ ਖੁਸ਼ਵੰਤ ਸਿੰਘ, ਉਹਦੇ ਨਾਲ ਮੇਰੀ ਇਹੋ ਸਮਾਨਤਾ ਰਹੂਗੀ ਸਦਾ ਕਿ ਉਹਨੇ ਵੀ ਜ਼ਿੰਦਗੀ 'ਚ ਇਹ ਦੋ ਗਲਤੀਆਂ ਕੀਤੀਆਂ ਸਨ। ਐਮਰਜੈਂਸੀ ਵੇਲੇ ਉਹਨੇ ਇੰਦਰਾ ਗਾਂਧੀ ਦੀ ਸਪੋਰਟ ਕੀਤੀ ਸੀ, ਉਸ ਤੋਂ ਬਾਅਦ ਸੰਜੇ ਗਾਂਧੀ ਦੀ, ਔਰ ਉਹਦੀਆਂ ਦੋ ਗਲਤੀਆਂ ਉਹਨੂੰ ਬਹੁਤ ਪਿੱਛੇ ਪਾ ਗਈਆਂ। ਮੈਂ ਇਹ ਜਿਹੜੀਆਂ ਦੋ ਗਲਤੀਆਂ ਕੀਤੀਆਂ, ਇੱਕ ਵੀਪੀ ਸਿੰਘ ਦੇ ਨਾਲ ਤੁਰਿਆ, ਇੱਕ ਨਰਿੰਦਰ ਮੋਦੀ ਦੀ ਕਦੇ ਸਪੋਰਟ ਕੀਤੀ ਸੀ, ਮੈਨੂੰ ਇਹ ਗਲਤੀਆਂ ਦੋ ਹਮੇਸ਼ਾ ਰੜਕਦੀਆਂ ਰਹਿਣਗੀਆਂ। ਉਦਾਂ ਅਰੁਣ ਛੇਤਰੀ ਨੇ ਅੱਜ ਫਿਰ ਇੱਕ ਵਾਰੀ ਆਖਿਆ ਕਿ ਜਿਹੜੀ ਇਹ ਨੋਟਬੰਦੀ ਦੀ ਸਕੀਮ ਆ, ਇਹ ਸਕੀਮ ਨੋਟਬੰਦੀ ਦੀ ਘੱਟ ਆ ਬਲਕਿ ਮਨੀ ਲਾਂਡਰਿੰਗ ਵਾਲੀ ਸਕੀਮ ਜ਼ਿਆਦੀ ਆ। ਸੋ ਨਰਿੰਦਰ ਮੋਦੀ ਇਸ ਮਸਲੇ ਤੇ ਕਾਫੀ ਜ਼ਿਆਦਾ ਕਮਜ਼ੋਰ ਪੈਂਦੇ ਨਜ਼ਰ ਆਉਂਦੇ ਆ, ਕਿਉਂਕਿ ਅੱਗੇ ਤੇ ਜਿਹੜਾ ਵੀ ਕੋਈ ਬੋਲਦਾ ਸੀ ਉਹਨੂੰ ਕਹਿ ਦਿੰਦੇ ਸੀ ਰਾਸ਼ਟਰ ਦਾ ਨਿਰਮਾਣ ਹੋ ਰਿਹਾ, ਤੇ ਇਹ ਬੋਲਦਾ ਜਿਹੜਾ ਇਹ ਰਾਸ਼ਟਰ ਦਾ ਵਿਰੋਧ ਕਰਦਾ, ਇਹ ਦੇਸ਼ ਧਰੋਹੀ ਆ। ਪਰ ਹੁਣ ਉਹ ਆਪਣੇ ਬੰਦਿਆਂ ਬਾਰੇ ਏਦਾਂ ਦੀ ਗੱਲ ਕਹਿ ਨਹੀਂ ਸਕਦੇ। ਉਦਾਂ ਯਸ਼ਵੰਤ ਸਿਨਹਾ ਦੇ ਖਿਲਾਫ ਮੋਰਚਾ ਖੁੱਲ੍ਹ ਗਿਆ, ਉਹਦੇ ਬਾਰੇ ਇੱਕ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਅੱਜ ਕਹਿਤਾ ਕਿ ਉਹ ਲਾਲਚੀ ਆਦਮੀ ਆ, ਹੋ ਸਕਦਾ ਆਉਣ ਵਾਲੇ ਦਿਨਾਂ 'ਚ ਇਹਨਾਂ ਨੂੰ ਵੀ ਕੋਈ ਟੈਗ ਮਿਲ ਜਾਵੇ। ਪਰ ਦੂਜੇ ਪਾਸੇ ਪ੍ਰਧਾਨ ਮੰਤਰੀ ਸੱਚ ਨਾ ਤੇ ਸਵੀਕਾਰ ਕਰਦਾ ਨਾ ਸੱਚ ਬੋਲਦਾ, ਉਹ ਇਸ ਚੀਜ਼ ਨੂੰ ਵੀ ਨਹੀਂ ਮੰਨਦਾ ਪਿਆ ਕਿ ਨੋਟਬੰਦੀ ਦੇ ਨਾਲ ਹਾਂ ਵਾਕਿਆ ਭਾਰਤ ਦੀ ਜਿਹੜੀ ਅਰਥ ਵਿਵਸਥਾ, ਜਿਵੇਂ ਸੁਬਰਾਮਨੀਅਮ ਸਵਾਮੀ ਨੇ ਕਿਹਾ ਸੀਗਾ ਕਿ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਲੜ ਖੜਾਉਂਦੇ ਜਹਾਜ਼ ਵਰਗੀ ਬਣ ਗਈ ਆ, ਤਾਂ ਉੱਦਾਂ ਪ੍ਰਧਾਨ ਮੰਤਰੀ ਕਦੇ ਵੀ ਇਹ ਗੱਲ ਨਹੀਂ ਮੰਨਦਾ ਕਿ ਹਾਂ ਸਾਥੋਂ ਇਹ ਗਲਤੀ ਹੋਈ ਆ। ਉਲਟਾ ਉਹ ਝੂਠ ਤੇ ਝੂਠ ਬੋਲੀ ਜਾਂਦਾ, ਝੂਠ ਬੋਲੀ ਜਾਂਦਾ, ਜਿੱਦਾਂ ਲਾਲ ਕਿਲ੍ਹੇ ਤੋਂ ਝੂਠ ਬੋਲ ਗਿਆ ਸੀਗਾ ਗਲਤ ਅੰਕੜੇ ਦੱਸ ਕੇ, ਉੱਦਾਂ ਹੀ ਆ ਪਰਸੋਂ ਬੋਲਿਆ ਫਿਰ ਆਪਣੀ ਨੋਟਬੰਦੀ ਨੂੰ ਜਸਟੀਫਾਈ ਕਰਨ ਲਈ। ਤੇ ਉਹ ਕਹਿੰਦਾ ਜੀ ਕਿ ਦੇਖੋ ਜਿਹੜੀ ਜੀ ਡੀ ਪੀ 5.7% ਤੇ ਡਿੱਗੀ ਆ, ਇਦੋਂ ਪਹਿਲਾਂ ਵੀ 8 ਵਾਰੀ UPA ਸਰਕਾਰ ਚ ਡਿੱਗੀ। ਉਹਦੇ ਕਹਿਣ ਦਾ ਮਤਲਬ ਸੀਗਾ ਕਿ ਜਿਹੜਾ ਅਰਥ ਸ਼ਾਸਤਰੀ ਮਨਮੋਹਨ ਸਿੰਘ ਆਪਣੇ ਆਪ ਨੂੰ ਖੱਬੀ ਖਾਨ ਸਮਝਦਾ, ਉਹਨਾਂ ਦੀ ਸਰਕਾਰ ਚ ਵੀ 8 ਵਾਰੀ GDP ਹੈ ਜਿਹੜੀ 5.7 ਤੋਂ ਥੱਲੇ ਡਿੱਗੀ ਹੈ। ਔਰ ਇੱਥੋਂ ਤੱਕ ਕਹਿ ਦਿੱਤਾ ਕਿ ਇੱਕ ਵਾਰੀ GDP ਸਾਡੀ ਜਿਹੜੀ ਆ 0.2 ਤੇ ਵੀ ਪਹੁੰਚੀ ਹੈ, 1.5 ਤੇ ਵੀ ਪਹੁੰਚੀ ਹੈ। ਇਹ ਦੋਵੇਂ ਚੀਜ਼ਾਂ ਕਿਸੇ ਵੀ ਮਾਮਲੇ 'ਚ ਹਕੀਕੀ ਨਹੀਂ ਆ। ਜੇ ਆਪਾਂ ਥੋੜਾ ਜਿਹਾ ਇਹਦੇ ਤੇ ਰਿਸਰਚ ਕਰੀਏ ਤੇ ਜਿਹੜੀ UPA ਸਰਕਾਰ ਦੀ 2 ਟਰਮ ਦੇ ਵਿੱਚ ਇਹਨਾਂ ਦੀ ਜਿਹੜੀ ਆਪਾਂ ਗਿਣਦੇ ਹਾਂ ਸਮਾਂ ਹੱਦ 10 ਸਾਲ ਬਣਦੀ ਹੈ, 10 ਸਾਲਾਂ 'ਚ 4-5 ਦਫ਼ਾ ਇੱਦਾਂ ਹੋਇਆ ਕਿ ਜਿਹੜੀ GDP ਸੀਗੀ ਉਹ 5.7 ਤੋਂ ਥੱਲੇ ਗਈ। ਇੱਕ ਵਾਰੀ ਦੇ ਵਿੱਚ ਉਹ ਗਿਣੀਏ ਨਾ 2008 'ਚ, ਕਿਉਂਕਿ ਸੰਸਾਰਕ ਮੰਦਾ ਪਿਆ ਸੀ, ਤਾਂ 4 ਵਾਰੀ ਬਣਦਾ ਕੁੱਲ।
ਇਹ ਨਰਿੰਦਰ ਮੋਦੀ ਸਾਹਿਬ ਫਿਰ ਦੇਸ਼ ਨੂੰ ਇੱਕ ਵਾਰੀ ਛੋਲ ਕੇ ਕਹਿੰਦੇ ਜੀ ਕਿ 8 ਵਾਰੀ ਏਦਾਂ ਹੋਇਆ। ਔਰ ਦੂਸਰੀ ਗੱਲ ਜਿਹੜੀ ਕਹਿੰਦੇ ਆ ਕਿ ਜੀ ਇੱਕ ਵਾਰੀ GDP ਸਾਡੀ 0.2 ਤੇ ਵੀ ਪਹੁੰਚੀ ਆ, 1.5 ਤੇ ਵੀ ਪਹੁੰਚੀ ਆ, ਇਹ ਬਿਲਕੁਲ ਝੂਠ ਆ। 1992 ਤੋਂ ਲੈ ਕੇ ਹੁਣ ਤੱਕ ਕਦੇ ਵੀ ਸਾਡੀ ਜਿਹੜੀ GDP ਆ ਪ੍ਰਧਾਨ ਮੰਤਰੀ ਦੇ ਦੱਸੇ ਅੰਕੜੇ ਮੁਤਾਬਕ ਏਡੀ ਥੱਲੇ ਨਹੀਂ ਗਈ ਜਿਹੜੀ ਥੱਲੇ ਉਗਰਾਈ ਜਾਂਦੇ ਆ। ਉੱਦਾਂ ਆ GST 'ਚ ਇਹਨਾਂ ਨੇ ਹੁਣ ਥੋੜੇ ਜਿਹੇ ਬਦਲਾਅ ਕੀਤੇ ਆ, ਕਹਿੰਦੇ ਆ ਕਿ ਅਸੀਂ ਦੇਖੋ ਵਪਾਰੀਆਂ ਨੂੰ ਵਕਤ ਤੋਂ ਪਹਿਲਾਂ ਹੀ ਦੀਵਾਲੀ ਦੇ ਦਿੱਤੀ ਆ, ਇਹ ਜਿਹੜੀ ਸਮੇਂ ਤੋਂ ਪਹਿਲਾਂ ਹੀ ਦੀਵਾਲੀ ਦੇ ਦਿੱਤੀ ਆ। ਪਰ ਲੋਕ ਕਹਿੰਦੇ ਆ ਕਿ ਦੀਵਾਲਾ ਕੱਢ ਕੇ ਦੇਸ਼ ਦਾ ਇਹ ਛੋਟੀ ਜੀ ਤੁਸੀਂ ਦੀਵਾਲੀ ਦਿੱਤੀ ਆ, ਇਸ ਦੀਵਾਲੀ ਦਾ ਉਸ ਦੀਵਾਲੀ ਤੇ ਕੋਈ ਅਸਰ ਨਹੀਂ ਹੋਣਾ ਜਿਹੜਾ ਦੇਸ਼ ਦਾ ਨਿਕਲ ਚੁੱਕਿਆ। ਹਾਂ ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਮੋਦੀ ਦੀ ਗੱਲ ਕੀਤੀ ਆ, ਜਦ ਦਾ ਵੀ ਇਹ ਆਏ ਆ ਬਸ ਇਸ ਤਰ੍ਹਾਂ ਦੀਆਂ ਬਹਿਸਾਂ ਛਿੜੀਆਂ ਹੋਈਆਂ, ਅਤੇ ਸੱਚ ਤਾਂ ਮੇਰੇ ਖਿਆਲ ਦੇ ਵਿੱਚ ਨਹੀਂ ਇੱਕ ਅੱਧੀ ਬਾਰੇ ਵੀ ਬੋਲਿਆ ਹੋਵੇ। ਅਤੇ ਅੱਗੇ ਆ ਮੌਤ ਦੀ ਸਜ਼ਾ ਨੂੰ ਲੈ ਕੇ ਵੀ ਕਾਫੀ ਗੱਲਾਂ ਬਾਤਾਂ ਚੱਲਦੀਆਂ ਸੀਗੀਆਂ, ਅਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ। ਦੇਖੋ ਮੌਤ ਦੀ ਸਜ਼ਾ ਨੂੰ ਲੈ ਕੇ ਭਾਰਤ ਦੇ ਵਿੱਚ ਇੱਥੇ ਦੋ ਕਿਸਮ ਦੀਆਂ ਚਰਚਾਵਾਂ ਚੱਲਦੀਆਂ ਨੇ। ਇੱਕ ਤੇ ਇਹ ਕਿ ਕੀ ਫਾਂਸੀ ਦੀ ਸਜ਼ਾ ਰੱਦ ਹੋਣੀ ਚਾਹੀਦੀ ਹੈ, ਬੰਦ ਹੋਣੀ ਚਾਹੀਦੀ ਹੈ। ਦੂਸਰੀ ਇਹ ਆ ਕਿ ਕੀ ਫਾਂਸੀ ਦੀ ਸਜ਼ਾ ਦਾ ਸਾਨੂੰ ਅਲਟਰਨੇਟਿਵ ਨਹੀਂ ਲੱਭਣਾ ਚਾਹੀਦਾ, ਕਿਉਂਕਿ ਕੁਛ ਲੋਕਾਂ ਦਾ ਮੰਨਣਾ ਵਾ ਕਿ ਫਾਂਸੀ ਦੀ ਜਿਹੜੀ ਸਜ਼ਾ ਦਿੱਤੀ ਜਾਂਦੀ ਹੈ ਬੜੀ ਦੁਖਦਾਇਕ ਸਜ਼ਾ, ਇਹਦਾ ਕੋਈ ਬਦਲਵਾਂ ਪ੍ਰਬੰਧ ਲੱਭਣਾ ਚਾਹੀਦਾ। ਜਿੱਦਾਂ ਇੱਧਰ ਤੁਹਾਡੇ ਅਮਰੀਕਾ 'ਚ ਜਿਹੜੀ ਕੈਪੀਟਲ ਪੁਨਿਸ਼ਮੈਂਟ ਹੈ ਉਹ ਕਈ ਤਰ੍ਹਾਂ ਦਿੱਤੀ ਜਾਂਦੀ ਹੈ, ਕਈ ਤਰ੍ਹਾਂ ਨਾਲ ਦਿੱਤੀ ਜਾਂਦੀ ਹੈ, ਜਿੱਦਾਂ ਇਲੈਕਟ੍ਰੋਨਿਕ ਚੇਅਰ ਆ, ਕਈ ਮੁਲਕਾਂ ਦੇ ਵਿੱਚ ਜ਼ਹਿਰੀਲਾ ਟੀਕਾ ਵੀ ਲਾ ਦਿੰਦੇ ਆ, ਕਈਆਂ ਦੇ ਵਿੱਚ ਗੈਸ ਚੈਂਬਰ ਦੇ ਵਿੱਚ ਬੰਦ ਕਰਕੇ ਮੌਤ ਦੇ ਘਾਟ ਉਤਾਰਿਆ ਜਾਂਦਾ। ਇਹ ਦੂਸਰੀ ਕਿਸਮ ਦੀ ਚਰਚਾ ਹੈ ਕਿ ਕੀ ਫਾਂਸੀ ਦਾ ਬਦਲਵਾਂ ਰੂਪ ਜਿਹੜਾ ਆ ਉਹ ਸਾਨੂੰ ਅਖਤਿਆਰ ਨਹੀਂ ਕਰ ਲੈਣਾ ਚਾਹੀਦਾ। ਕੁਛ ਲੋਕ ਇਸ ਤਰ੍ਹਾਂ ਮੰਨਦੇ ਆ ਕਿ ਜਿਹੜੀ ਇਹ ਫਾਂਸੀ ਦੀ ਸਜ਼ਾ ਅਮਲ 'ਚ ਲਿਆਉਣੀ ਆ ਇਹ ਮਰਨ ਲੱਗਿਆਂ ਬੰਦੇ ਨੂੰ ਘੱਟੋ ਘੱਟ 40 ਮਿੰਟ ਤਕਲੀਫ ਚੱਲਣੀ, ਇਹਦੇ ਮੁਕਾਬਲੇ ਜੇ ਕਿਸੇ ਨੂੰ ਦੂਸਰੀ ਤਰ੍ਹਾਂ ਕੈਪੀਟਲ ਪਨਿਸ਼ਮੈਂਟ ਦੇਣੀ ਹੈ ਜਿੱਦਾਂ ਟੀਕਾ ਲਾਇਆ ਜਾਂਦਾ ਹੈ ਜਾਂ ਬਿਜਲੀ ਦੇ ਨਾਲ ਮਾਰਿਆ ਜਾਂਦਾ ਹੈ ਜਾਂ ਗੈਸ ਚੈਂਬਰ ਦੇ ਵਿੱਚ ਬੰਦ ਕਰਕੇ ਮਾਰਿਆ ਜਾਂਦਾ, ਉਹਦੇ 'ਚ ਬੰਦੇ ਨੂੰ ਜਿਹੜੀ ਮੌਤ ਆ ਉਹ ਆਰਾਮਦਾਇਕ ਮੌਤ ਮਿਲ। ਸੋ ਇਹ ਇੱਕ ਵੱਖਰੀ ਕਿਸਮ ਦੀ ਚਰਚਾ ਹੈ ਗੱਲਬਾਤ, ਜਿਹੜੀ ਪਹਿਲੀ ਚਰਚਾ ਚੱਲਦੀ ਆ ਕਿ ਕੀ ਫਾਂਸੀ ਹੋਵੇ ਜਾਂ ਨਾ ਹੋਵੇ, ਇਹ ਦੋ ਚਰਚਾਵਾਂ ਇਸ ਸਮੇਂ ਇੱਕੋ ਵੇਲੇ ਇਸ ਮੁਲਕ ਦੇ ਵਿੱਚ ਚੱਲਦੀਆਂ ਪਈਆਂ। ਇੱਕ ਸੱਜਣ ਨੇ ਜਾ ਕੇ ਇਹ ਗੱਲ ਕਹੀ ਸੀਗੀ ਸੁਪਰੀਮ ਕੋਰਟ ਦੇ ਵਿੱਚ ਕਿ ਜੇ ਬੰਦੇ ਨੇ ਸਜ਼ਾ ਫਾਂਸੀ ਦੀ ਪਾਉਣੀ ਆ ਤਾਂ ਫਿਰ ਉਹਨੂੰ ਇੰਨਾ ਲੰਮਾ ਸਮਾਂ ਕਿਉਂ ਮਾਰਿਆ ਜਾਂਦਾ ਪਹਿਲਾਂ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਲਗਭਗ 35-40 ਮਿੰਟ ਜਿਹੜੇ ਆ ਉਹਦੇ ਬਹੁਤ ਪੀੜਾਦਾਇਕ ਹੁੰਦੇ ਆ ਸਜ਼ਾ ਦੇ ਅਮਲ ਤੋਂ ਪਹਿਲਾਂ ਵਾਲੇ। ਉਹ ਰਿਸ਼ੀ ਮਲਹੋਤਰਾ ਨਾਮ ਦੇ ਵਕੀਲ ਆ ਜਿਨ੍ਹਾਂ ਨੇ ਇਹ ਸਜ਼ਾ ਦੇ ਖਿਲਾਫ ਜਾ ਕੇ ਉੱਥੇ ਇੱਕ ਰਿੱਟ ਪਾਈ ਆ। ਸੁਪਰੀਮ ਕੋਰਟ ਨੇ ਹੁਣ 3 ਮਹੀਨਿਆਂ ਦਾ ਇਹਨਾਂ ਨੂੰ ਸਮਾਂ ਦਿੱਤਾ ਕੇਂਦਰ ਵਾਲਿਆਂ ਨੂੰ ਕਿ ਤੁਸੀਂ ਇਹਦੇ ਤੇ ਲਿਆ ਕੇ ਤੇ ਸਾਨੂੰ ਜਵਾਬ ਦਿਓ ਆਪਣਾ। ਹੁਣ ਇਹ ਕੀ ਜਵਾਬ ਦਿੰਦੇ ਆ ਪਤਾ ਬਾਅਦ 'ਚ ਲੱਗੂਗਾ। ਹਾਲ ਦੀ ਘੜੀ ਇਸ ਮੁਲਕ ਦੇ ਵਿੱਚ ਐਸੀਆਂ ਆਵਾਜ਼ਾਂ ਦੀ ਗਿਣਤੀ ਵੱਧਦੀ ਜਾਂਦੀ ਆ ਜੋ ਇਹ ਮੰਗ ਕਰਦੇ ਪਏ ਆ ਕਿ ਫਾਂਸੀ ਦੀ ਸਜ਼ਾ ਜਿਹੜੀ ਕਿ ਬਹੁਤ ਪੁਰਾਣਾ ਤਰੀਕਾ, ਬਹੁਤ ਜ਼ਿਆਦਾ ਪੀੜਾਦਾਇਕ ਤਰੀਕਾ, ਇਹਨੂੰ ਬਦਲ ਦੇਣਾ ਚਾਹੀਦਾ। ਪਰ ਇਹ ਤੋਂ ਵੀ ਜ਼ਿਆਦਾ ਆਵਾਜ਼ਾਂ ਉਹ ਉੱਠਦੀਆਂ ਪਈਆਂ ਕਿ ਕੈਪੀਟਲ ਪਨਿਸ਼ਮੈਂਟ ਹੈ ਜਿਹੜੀ ਉਹ ਖਤਮ ਹੀ ਕਰ ਦੇਣੀ ਚਾਹੀਦੀ ਹੈ, ਸਜ਼ਾਏ ਮੌਤ ਜਿਹੜੀ ਆ ਉਹ ਬਿਲਕੁਲ ਖਤਮ ਕਰ ਦੇਣੀ ਚਾਹੀਦੀ ਆ। ਹਾਂ ਦੂਸਰੀਆਂ ਸਜ਼ਾਵਾਂ ਜਿਹੜੀਆਂ ਜਿੱਦਾਂ ਉਮਰ ਕੈਦ ਆ ਉਹਨਾਂ ਨੂੰ ਵਧਾਇਆ ਜਾ ਸਕਦਾ ਜਾਂ ਹੋਰ ਤਰੀਕੇ ਦੀਆਂ ਸਜ਼ਾਵਾਂ ਜਿਹੜੀਆਂ ਉਹ ਰੱਖ ਦਿੱਤੀਆਂ ਜਾ ਸਕਦੀਆਂ, ਤਾਂ ਇਹ ਸਜ਼ਾ ਜਿਹੜੀ ਖਤਮ ਕਰ ਦਿੱਤੀ ਜਾਣੀ ਚਾਹੀਦੀ ਆ। ਉੱਦਾਂ 142 ਦੇਸ਼ਾਂ ਦੇ ਵਿੱਚ ਇਹ ਸਜ਼ਾ ਖਤਮ ਹੋ ਚੁੱਕੀ ਆ, ਭਾਰਤ 'ਚ ਥੋੜੇ ਸਹੀ ਪਰ ਬਹੁਤ ਸਾਰੇ ਲੋਕ ਹਾਲੇ ਵੀ ਇਹ ਚੀਜ਼ ਚਾਹੁੰਦੇ ਆ ਕਿ ਜੀ ਇਹ ਜਿਹੜੀ ਫਾਂਸੀ ਦੀ ਸਜ਼ਾ ਉਹ ਰੱਦ ਹੋਣੀ ਚਾਹੀਦੀ ਹੈ। ਹਾਲਾਂਕਿ ਉਹਨਾਂ ਦੀ ਗਿਣਤੀ ਜਿਹੜੇ ਲੋਕ ਫਾਂਸੀ ਦੀ ਸਜ਼ਾ ਚਾਹੁੰਦੇ ਉਹਨਾਂ ਦੇ ਮੁਕਾਬਲੇ ਬਹੁਤ ਥੋੜੀ ਹੈ, ਪਰ ਇੰਨੀ ਥੋੜੀ ਨਹੀਂ ਜਿੰਨੀ ਆਪਾਂ ਕਹਿ ਦਈਏ ਕਿ ਉਹ ਬਹੁਤ ਘੱਟ ਹੈ। ਦੂਜੇ ਪਾਸੇ ਜੇ ਦੇਖੀਏ ਸਾਡੇ ਇੱਥੇ ਜਿਹੜੀ ਨੈਸ਼ਨਲ ਯੂਨੀਵਰਸਿਟੀ ਹੈ ਉਹਨੇ ਇੱਕ ਪਿੱਛੇ ਜੇ ਸਰਵੇ ਕੀਤਾ ਸੀਗਾ 373 ਉਹਨਾਂ ਕੈਦੀਆਂ ਤੇ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਹੋਈ ਵੀ ਆ, ਤਾਂ ਉਹਨਾਂ ਨੇ ਉਸ ਸਰਵੇ ਦੇ ਆਧਾਰ ਤੇ ਇੱਕ ਰਿਪੋਰਟ ਜਾਰੀ ਕੀਤੀ ਸੀਗੀ। ਉਸ ਰਿਪੋਰਟ 'ਚ ਆਖਿਆ ਕਿ ਜਿਹੜੇ ਵੀ ਇਹ ਸਜ਼ਾ ਪਾਉਂਦੇ ਆ ਯਾਨੀ ਜਿਹਨਾਂ ਨੂੰ ਵੀ ਇਹ ਸਜ਼ਾ ਹੁੰਦੀ ਹੈ ਜਾਂ ਆਪਾਂ ਪੰਜਾਬੀ 'ਚ ਕਹਿ ਦਿੰਦੇ ਆ ਜਿਹੜੇ ਕੋਠੀ ਲੱਗਦੇ ਆ, ਤਾਂ ਇਹਨਾਂ ਦੇ ਵਿੱਚੋਂ ਬਹੁਤੇ ਜ਼ਿਆਦਾ ਜਿਹੜੇ ਆ ਉਹ ਜਾਂ ਤੇ ਗਰੀਬ ਆ ਜਾਂ ਫਿਰ ਘੱਟ ਗਿਣਤੀਆਂ ਨਾਲ ਸੰਬੰਧਿਤ। ਇਹ ਇੱਕ ਬਹੁਤ ਅੰਕੜਾ ਸੋਚਣ ਵਿਚਾਰ ਨਾਲ ਆ। ਦੂਜੀ ਗੱਲ ਜਿਹੜੀ ਇੱਥੇ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਵੱਧਦੀ ਜਾਂਦੀ ਆ ਸਜ਼ਾਏ ਮੌਤ ਪਾਉਣ ਵਾਲਿਆਂ ਦੀ।
ਇੱਕ ਮੇਰੇ ਖਿਆਲ ਦੇ ਨਾਲ 2015 ਦੇ ਮੁਕਾਬਲੇ 2016 ਦੇ ਵਿੱਚ ਜਿਹੜੀਆਂ ਸਜ਼ਾਵਾਂ ਸੁਣਾਈਆਂ ਗਈਆਂ ਉਹ ਲਗਭਗ 1 ਸਾਲ ਦੇ ਵਿੱਚ 86% ਵਧੀਆ। ਦੂਸਰੀ ਗੱਲ ਇਹ ਆ ਕਿ ਦੇਖੋ ਹੁਣ ਫਾਂਸੀ ਦੀ ਸਜ਼ਾ ਨੂੰ ਲੈ ਕੇ ਤੇ ਕਹਿੰਦੇ ਆ ਕਿ ਬਹੁਤ ਪੀੜਾ ਦਾ ਇੱਕ ਸਮਾਂ ਹੁੰਦਾ ਫਾਂਸੀ ਦਾ, ਜਦੋਂ ਅਮਲ ਦਿੱਤਾ ਜਾਂਦਾ ਕਿਸੇ ਵੀ ਬੰਦੇ ਨੂੰ ਸਜ਼ਾ ਦਿੱਤੀ ਜਾਂਦੀ ਆ ਤਾਂ ਉਹ ਬਹੁਤ ਪੀੜਾ ਦਾ ਇੱਕ ਸਮਾਂ ਹੁੰਦਾ। ਪਰ ਇੱਥੇ ਕੀ ਆ ਕਿ ਕਈ ਕੋਠੀ ਲੱਗੇ ਬੰਦੇ ਕਈ ਕਈ ਸਾਲ ਕਈ ਕਈ ਵਰੇ ਕਾਲ ਕੋਠੜੀ ਚ ਤੜਫਦੇ ਰਹੇ, ਜਾਂ ਕਹਿ ਲਈਏ ਕਿ ਸਮਾਂ ਉਹਨਾਂ ਨੂੰ ਰਿੜਕਦਾ ਰਹਿੰਦਾ, ਜਿੱਦਾਂ ਦਵਿੰਦਰਪਾਲ ਸਿੰਘ ਭੁੱਲਰ ਦੀ ਇੱਕ ਮਿਸਾਲ ਆ। ਸੋ ਉਹਨਾਂ ਦੀਆਂ ਜਿਹੜੀਆਂ ਅਪੀਲਾਂ ਉਹ ਇੱਕ ਕੋਰਟ ਚ ਦੂਸਰੇ ਕੋਰਟ ਚ ਰਾਸ਼ਟਰਪਤੀ ਕੋਲ ਕਈ ਕਈ ਸਾਲ ਪਈਆਂ ਰਹਿੰਦੀਆਂ, ਬਾਅਦ ਦੇ ਵਿੱਚ ਉਹਨਾਂ ਤੇ ਕੋਈ ਵੀ ਫੈਸਲਾ ਆਉਣਾ ਵੱਖਰੀ ਗੱਲ ਆ। ਤਾਂ ਜਿਹੜਾ ਇਹ ਕਹਿੰਦੇ ਤਰਕ ਦੇ ਰਹੇ ਸੱਜਣ ਕਿ ਜੇ ਫਾਂਸੀ ਦੀ ਸਜ਼ਾ ਦੇਣੀ ਹੈ ਤਾਂ ਪਹਿਲਾਂ ਬੰਦੇ ਨੂੰ ਨਹੀਂ ਮਾਰਿਆ ਜਾਣਾ ਚਾਹੀਦਾ ਔਰ ਇੰਨੀ ਪੀੜਾ ਦਾ ਇੱਕ ਸਜ਼ਾ ਨਾਲ ਨਹੀਂ ਮਾਰਿਆ ਜਾਣਾ ਚਾਹੀਦਾ, ਤਾਂ ਫਿਰ ਮੇਰੇ ਖਿਆਲ ਦੇ ਨਾਲ ਜਿਹੜਾ ਸਾਲਾਂ ਬੱਧੀ ਕਾਲ ਕੋਠੜੀਆਂ 'ਚ ਬੰਦਿਆਂ ਨੂੰ ਸੜਾਇਆ ਜਾ ਰਿਹਾ ਇਹ ਵੀ ਇੱਕ ਮਾਰਨਾ ਹੀ ਹੈ, ਉਹਨਾਂ ਨੂੰ ਤਕਲੀਫ ਦੇ ਕੇ ਪਲ ਪਲ ਮਾਰਨਾ, ਇਹ ਵੀ ਥੋੜਾ ਜਿਹਾ ਇਹਨਾਂ ਨੂੰ ਧਿਆਨ ਦੇਣਾ ਪਊਗਾ ਕਿ ਜਿਹੜੇ ਲੋਕ ਇਸ ਤਰ੍ਹਾਂ ਸਾਲਾਂ ਬੱਧੀ ਆਪਣੀ ਅਪੀਲ ਦਾ ਇੰਤਜ਼ਾਰ ਕਰਦੇ ਰਹਿੰਦੇ ਕਿ ਕਦੋਂ ਨਿਪਟਾਰਾ ਹੋਊਗਾ, ਘੱਟੋ ਘੱਟ ਇਧਰੋਂ ਵੀ ਨਿਜਾਤ ਦਵਾਵੇ ਕਿਉਂਕਿ ਇੱਥੇ ਵੀ ਪਲ ਪਲ ਹੀ ਮੌਤ ਆ। ਬਿਲਕੁਲ ਜੀ, ਇਸ ਦੇਸ਼ ਦੇ ਵਿੱਚ ਤਾਂ ਇਹ ਹੈਗਾ ਕਿ ਪਲ ਪਲ ਕਰਕੇ ਮੌਤ ਦਿੱਤੀ ਜਾਂਦੀ ਆ, ਪਲ ਪਲ ਕਰਕੇ ਨਿਆਂ ਦਿੱਤਾ ਜਾਂਦਾ, ਬੰਦਾ ਮੁੱਕ ਜਾਂਦਾ, ਨਿਆਂ ਨਹੀਂ ਹੁੰਦਾ, ਅਤੇ ਜੇ ਕੋਈ ਗੌਰਮੈਂਟ ਨੇ ਚੀਜ਼ ਦੇਣੀ ਆ ਬੇਸ਼ੱਕ ਪੈਨਸ਼ਨ ਹੀ ਆ ਉਹ ਵੀ ਤੜਫਾ ਤੜਫਾ ਕੇ ਦਿੱਤੀਆਂ ਜਾਂਦੀਆਂ। ਅਤੇ ਅੱਗੇ ਆਪਾਂ ਰਾਮ ਰਹੀਮ ਦੀ ਜੇ ਗੱਲ ਕਰੀਏ ਤਾਂ ਉਹਨੇ ਕਿਹੜੀ ਅਪੀਲ ਪਾਈ ਸੀ ਜਿਹੜੀ ਹਾਈ ਕੋਰਟ ਨੇ ਮਨਜ਼ੂਰ ਕਰ ਲਈ? ਦੇਖੋ ਇਹਨੇ ਜਿਹੜੀ CBI ਕੋਰਟ ਦੇ ਵਿੱਚ ਸਜ਼ਾ ਹੋਈ ਆ ਉਹਦੇ ਖਿਲਾਫ ਅਪੀਲ ਪਾਈ ਸੀਗੀ। ਪਹਿਲਾਂ ਜਿਹੜੀ ਇਹਨਾਂ ਨੇ ਅਪੀਲ ਪਾਈ ਸੀਗੀ ਉਸ ਅਪੀਲ ਨੂੰ ਰੱਦ ਕਰ ਦਿੱਤਾ ਸੀਗਾ, ਨਾ ਮਨਜ਼ੂਰ ਕਰ ਦਿੱਤਾ ਸੀ ਹਾਈ ਕੋਰਟ ਨੇ, ਕੋਈ ਤਕਨੀਕੀ ਖਾਮੀ ਸੀਗੀ। ਉਹਨਾਂ ਨੇ ਕਿਹਾ ਸੀਗਾ ਕਿ ਜੇ ਤੁਸੀਂ ਅਪੀਲ ਪਾਉਣੀ ਹੈ ਤੇ ਦੁਬਾਰਾ ਦਰੁਸਤੀ ਕਰਕੇ ਤੇ ਇਸ ਅਪੀਲ ਨੂੰ ਤੁਸੀਂ ਫਾਈਲ ਕਰ ਸਕਦੇ। ਹੁਣ ਇਹਨਾਂ ਨੇ ਜਾ ਕੇ ਉੱਥੇ ਅਪੀਲ ਫਾਈਲ ਕਰ ਦਿੱਤੀ, ਪਰ ਉਸ ਅਪੀਲ ਨੂੰ ਮਨਜ਼ੂਰ ਤੇ ਕੀਤਾ ਹਾਈ ਕੋਰਟ। ਨਾਲ ਹੀ ਇਹਨਾਂ ਨੇ ਇੱਕ ਦੂਸਰੀ ਅਪੀਲ ਕੀਤੀ ਆ, ਉਹ ਇਹ ਕੀਤੀ ਆ ਕਿ ਜਿਹੜਾ 30 ਲੱਖ ਰੁਪਇਆ ਜੁਰਮਾਨਾ ਹੋਇਆ ਉਸ ਜੁਰਮਾਨੇ ਦਾ ਸਾਨੂੰ ਸਟੇਅ ਦਿੱਤਾ ਜਾਵੇ, ਮਤਲਬ ਕਿ ਸਾਥੋਂ ਭਰਾਇਆ ਨਾ ਜਾਵੇ, ਜਦਕਿ ਹੇਠਲੀ ਅਦਾਲਤ ਦਾ ਹੁਕਮ ਆ ਕਿ ਜਦੋਂ ਵੀ ਤੁਸੀਂ ਅਪੀਲ ਕਰਨੀ ਆ ਤਾਂ ਤੁਹਾਨੂੰ ਉਹ ਜਿਹੜਾ ਜੁਰਮਾਨਾ ਕੀਤਾ ਹੋਇਆ 2 ਕੇਸਾਂ ਦੇ ਵਿੱਚ 15-15 ਲੱਖ ਰੁਪਇਆ ਉਹ ਪਹਿਲਾਂ ਜਮ੍ਹਾਂ ਕਰਾਉਣਾ ਪਊਗਾ। ਹੁਣ ਇਹ ਜਾ ਕੇ ਉੱਥੇ ਅਪੀਲ ਕਰਕੇ ਸਟੇਅ ਮੰਗਦੇ ਪਏ ਆ ਕਿ ਸਾਨੂੰ ਇੱਕ ਵਾਰੀ ਜੁਰਮਾਨਾ ਨਾ ਭਰਨ ਦਾ ਸਟੇਅ ਦੇ ਦਿਓ, ਯਾਨੀ ਰੋਕ ਲਾ ਦਿਓ, ਉਸ ਤੋਂ ਬਾਅਦ ਅਸੀਂ ਫਿਰ ਇਹ ਕੇਸ ਹੈ ਜਿਹੜਾ ਝਗੜਾਂਗੇ। ਹਾਂ, ਇਹਦੇ ਤੇ ਮੇਰੇ ਖਿਆਲ ਦੇ ਨਾਲ ਹਾਈ ਕੋਰਟ ਨੇ ਇਹਨਾਂ ਨੂੰ ਸੋਮਵਾਰ ਦਾ ਸਮਾਂ ਦੇ ਦਿੱਤਾ, ਉਹਨਾਂ ਨੇ ਹੁਣ ਸੋਮਵਾਰ ਸੁਣਵਾਈ ਕਰਨੀ ਆ। ਸੋਮਵਾਰ ਸੁਣਵਾਈ ਕਰਕੇ ਫੈਸਲਾ ਹੋਏਗਾ ਕਿ ਕੀ ਇਸ ਜੁਰਮਾਨੇ ਤੇ ਸਟੇ ਕੀਤਾ ਜਾਵੇ ਜਾਂ ਜੁਰਮਾਨਾ ਨਕਦੀ ਰੂਪ ਦੇ ਵਿੱਚ ਭਰਾਇਆ ਜਾਵੇ। ਉਦਾਂ ਕਮਾਲ ਦੀ ਗੱਲ ਆ ਕਿ ਜਿਹੜਾ ਬੰਦਾ ਸਾਲਾਨਾ ਟਰਨਓਵਰ ਹੀ 1000 ਕਰੋੜ ਦਾ ਰੱਖਦਾ ਸੀਗਾ, ਏਡਾ ਵੱਡਾ ਕਾਰੋਬਾਰ ਹੀ ਸੀ, ਉਹ ਹੁਣ ਛੋਟੇ ਜਿਹੇ ਜੁਰਮਾਨੇ ਲਈ ਵੀ ਪਿੱਟਦਾ ਪਿਆ, ਸ਼ਾਇਦ ਪੈਸੇ ਬਚਾ ਕੇ ਰੱਖਣਾ ਚਾਹੁੰਦਾ, ਉਹਨੂੰ ਲੱਗਦਾ ਕਿ ਇਹ ਯਾਤਰਾ ਜਿਹੜੀ ਕਾਫੀ ਲੰਮੀ ਹੋ ਸਕਦੀ। ਦੂਜੇ ਪਾਸੇ ਇਹ ਇੱਕ ਚੰਗੀ ਖਬਰ ਇਹਨਾਂ ਲਈ ਕਿ ਇਹਨਾਂ ਦੀ ਅਪੀਲ ਹੈ ਜਿਹੜੀ ਉਹ ਉੱਥੇ ਰਜਿਸਟਰ ਹੋ ਗਈ ਆ, ਮਨਜ਼ੂਰ ਹੋ ਗਈ ਆ। ਪਰ ਦੂਜੇ ਪਾਸੇ ਇੱਕ ਖਬਰ ਇਹਨਾਂ ਲਈ ਹੋਰ ਮਾੜੀ ਆਉਂਦੀ ਪਈ ਆ, ਉਹ ਇਹ ਆ ਕਿ ਜਿਹੜੇ ਇਹਨਾਂ ਦੇ ਕੁਛ ਕਾਰਕੁਨ ਫੜੇ ਸਨ, ਬੇਰੇ ਦੇ ਪੈਰੋਕਾਰ ਫੜੇ ਸੀਗੇ ਪੰਚਕੂਲਾ ਪੁਲਿਸ ਨੇ, ਉਹਨਾਂ ਦੇ ਵਿੱਚੋਂ ਖੁਲਾਸਾ ਇਹ ਹੋਇਆ ਕਿ ਜਿਹੜੇ ਰਕੇਸ਼ ਕੁਮਾਰ ਤੇ ਦਾਨ ਸਿੰਘ ਆ, ਦੋ ਇਹ ਤੇ ਦੋ ਇਹਨਾਂ ਦੇ ਨਾਲ ਹੋਰ ਆ, ਇਹ ਚਾਰ ਐਸੇ ਆ ਜਿਨ੍ਹਾਂ ਨੂੰ ਨਿਪੁੰਸਕ ਬਣਾਇਆ ਗਿਆ ਸੀ। ਦਾਅਵਾ ਕੀਤਾ ਜਾ ਰਿਹਾ ਕਿ ਇਹ ਨਿਪੁੰਸਕ ਬਣਾਏ ਸਾਧੂਆਂ ਦੇ ਵਿੱਚੋਂ ਚਾਰ ਜਣੇ ਉਹ ਆ ਜਿਹੜੇ ਕਿ ਪੁਲਿਸ ਨੇ ਅਰੈਸਟ ਕੀਤੇ ਆ, ਸਾਰੇ ਇਹਨਾਂ ਦੇ ਡੇਰੇ ਦੇ ਪੈਰੋਕਾਰ ਜਾਂ ਡੇਰੇ ਦੇ ਮੋਹਤਬਾਰ। ਹੁਣ CBI ਨੇ ਪੰਚਕੂਲਾ ਪੁਲਿਸ ਨੂੰ ਕਹਿ ਦਿੱਤਾ ਕਿ ਤੁਸੀਂ ਸਾਰੀ ਇਹਨਾਂ ਦੀ ਕੁੰਡਲੀ ਬਣਾ ਕੇ ਸਾਨੂੰ ਦਿਓ। ਨਾਲ ਦੀ ਨਾਲ ਹੁਣ ਹਦਾਇਤਾਂ ਹੋ ਗਈਆਂ, ਡਾਕਟਰਾਂ ਦਾ ਵੀ ਪੈਨਲ ਇੱਕ ਬੈਠੂਗਾ, ਸੋਮਵਾਰ ਉਹਨਾਂ ਨੇ ਇਹ ਸਾਰਾ ਫਿਰ ਦੁਬਾਰਾ ਮੈਡੀਕਲ ਬਣਾ ਕੇ ਇਹ ਰਿਪੋਰਟ ਦੇ ਰੂਪ ਦੇ ਵਿੱਚ, ਜਿਹਨੂੰ ਆਪਾਂ ਵਿਸਤ੍ਰਿਤ ਰਿਪੋਰਟ ਕਹਿ ਸਕਦੇ ਹਾਂ, ਇਹ ਇਹਨਾਂ ਨੇ ਅੱਗੇ ਜਾ ਕੇ ਕੋਰਟ 'ਚ ਸੌਂਪਣੀ ਹੈ। ਤਾਂ ਹੋ ਸਕਦਾ ਹੈ ਕਿ CBI ਕੋਲ ਵੀ ਇਹ ਮਸਲਾ ਜਿਹੜਾ ਉਹ ਇੱਕ ਸਬੂਤ ਦੇ ਤੌਰ ਤੇ ਚਲਾ ਜਾਵੇ, ਕਿਉਂਕਿ ਨਿਪੁੰਸਕ ਬਣਾਉਣ ਦਾ ਜਿਹੜਾ ਮਸਲਾ ਸੀਗਾ ਉਹ CBI ਹੀ ਇਨਵੈਸਟੀਗੇਟ ਕਰਦੀ ਪਈ ਆ। ਤੇ ਜੇ ਮੰਨ ਲਓ ਇੱਥੋਂ ਪੁਸ਼ਟੀ ਹੋ ਜਾਂਦੀ ਹੈ ਔਰ ਜਿਹੜੇ ਇਹ ਬੰਦੇ ਨਿਪੁੰਸਕ ਬਣਾਏ ਗਏ ਆ ਇਹਨਾਂ ਦੇ ਵਿੱਚੋਂ ਇੱਕ ਅੱਧ ਵੀ ਜੇ CBI ਦਾ ਗਵਾਹ ਬਣ ਜਾਂਦਾ ਕਿ ਵਾਕਿਆ ਮੇਰੇ ਨਾਲ ਆਹ ਟ੍ਰੈਜਡੀ ਹੋਈ ਆ, ਮੇਰੇ ਨਾਲ ਇਹ ਦੁਖਾਂਤ ਵਾਪਰਿਆ, ਮੈਨੂੰ ਇਹ ਲਾਲਚ ਦੇ ਕੇ ਜਾਂ ਭੈ ਦੇ ਕੇ
ਨਿਪੁੰਸਕ ਬਣਾਇਆ ਗਿਆ ਤਾਂ ਇਹਦੀਆਂ ਮੁਸ਼ਕਲਾਂ ਹੋਰ ਵੱਧ ਜਾਣਗੀਆਂ, ਕਿਉਂਕਿ ਇੱਕ ਰਣਜੀਤ ਸਿੰਘ ਵਾਲੇ ਕੇਸ ਦੀ ਤਾਂ ਜਿੱਥੇ ਸਾਰੀ ਸੁਣਵਾਈ ਪੂਰੀ ਹੋ ਗਈ ਆ, ਫੈਸਲਾ ਕਿਸੇ ਵੀ ਸਮੇਂ ਆ ਸਕਦਾ। ਦੂਸਰਾ ਛਤਰਪਤੀ ਵਾਲਾ, ਉਹ ਵੀ 1-2 ਮਹੀਨਿਆਂ ਦੇ ਵਿੱਚ ਵਿੱਚ ਸੁਣਵਾਈ ਪੂਰੀ ਕਰਕੇ ਫੈਸਲੇ ਤੇ ਆ ਜਾਵੇਗਾ। ਉੱਤੋਂ ਜੇ ਇਹ ਨਿਪੁੰਸਕ ਬਣਾਉਣ ਵਾਲਾ ਕੇਸ ਜੇ ਇਸ ਤਰ੍ਹਾਂ ਸੋਲਿਡ ਹੋ ਕੇ ਫੈਸਲੇ ਤੇ ਆਇਆ, ਤੇ ਫਿਰ ਜੁਰਮਾਨਾ ਭਰੇ ਜਾਂ ਨਾ ਭਰੇ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਫਿਰ ਇਹਦੇ ਕੋਲ ਸਮਾਂ ਬਹੁਤ ਹੋਊਗਾ, ਉੱਥੇ ਜੇਲ੍ਹ ਦੇ ਵਿੱਚ ਜਿੰਨੇ ਮਰਜ਼ੀ ਹੌਕੇ ਭਰੀ ਜਾਵੇ। ਸੋ ਹਾਲ ਫਿਲਹਾਲ ਇਹ ਇੱਕ ਚੰਗੀ ਖਬਰ ਇਹਨਾਂ ਲਈ ਕਿ ਇਹਨਾਂ ਦੀ ਅਪੀਲ ਜਿਹੜੀ ਆ, ਪਟੀਸ਼ਨ ਅਪੀਲ ਆ, ਉਹ ਮਨਜ਼ੂਰ ਹੋਈ ਹੈ। ਪਰ ਦੂਜੇ ਪਾਸੇ ਨਿਪੁੰਸਕ ਬਣਾਉਣ ਵਾਲੇ ਮਾਮਲੇ ਦੇ ਵਿੱਚ ਸੀਬੀਆਈ ਦੇ ਹੱਥ ਇੱਕ ਐਸਾ ਸਬੂਤ ਲੱਗਣ ਜਾ ਰਿਹਾ, ਜੇ ਉਹਨੂੰ ਪ੍ਰਮਾਣਿਤ ਕਰ ਦਿੰਦਾ ਡਾਕਟਰੀ ਪੈਨਲ, ਤਾਂ ਫਿਰ ਉਹ ਸੀਬੀਆਈ ਦਾ ਜਿਹੜਾ ਕੇਸ ਆ ਉਹ ਇਹਨਾਂ ਦੀਆਂ ਜੜਾਂ ਚ ਬਹਿ ਸਕਦਾ। ਜੀ ਜੀ ਬਿਲਕੁਲ ਹੋਊਗਾ ਜੀ ਪ੍ਰੂਵ। ਤੇ ਅੱਗੇ ਆਪਾਂ ਗੱਲ ਕਰਦੇ ਸੁੱਚਾ ਸਿੰਘ ਜੀ ਛੋਟੇਪੁਰ, ਉਹਨਾਂ ਦੀ ਕਾਫੀ ਦਿਨਾਂ ਤੋਂ ਇਹ ਅਫਵਾਹਾਂ ਆ ਰਹੀਆਂ ਵੀ ਪਤਾ ਨਹੀਂ ਲੱਗਦਾ ਵੀ ਕਿਹੜੀ ਮਾਂ ਪਾਰਟੀ ਦੇ ਵਿੱਚ ਉਹਨਾਂ ਨੇ ਜਾਣਾ, ਪਰ ਉਹਨਾਂ ਨੇ ਸਾਰੀਆਂ ਅਟਕਲਾਂ ਨੂੰ ਖਾਰਜ ਕੀਤਾ। ਦੇਖੋ, ਉਹਨਾਂ ਦੀਆਂ ਸਾਰੀਆਂ ਹੀ ਮਾਂ ਪਾਰਟੀਆਂ ਨੇ ਜਿਹਦੇ ਚ ਮਰਜ਼ੀ ਚਲੇ ਜਾਂਦੇ, ਪਰ ਉਹ ਗਏ ਕਿਸੇ ਚ ਨਹੀਂ ਆ। ਜੇ ਉਹ ਅਕਾਲੀਆਂ ਚ ਚਲੇ ਜਾਂਦੇ ਤਾਂ ਵੀ ਸੀ, ਜੇ ਅਕਾਲੀ ਦਲ ਮਾਨ ਚ ਚਲੇ ਜਾਂਦੇ ਉੱਧਰ ਕਿਤੇ ਮੂਡ ਬਣ ਜਾਂਦਾ ਤਾਂ ਵੀ ਉਹਨਾਂ ਦੀ ਪੁਰਾਣੀ ਪਾਰਟੀ ਆ। ਜੇ ਕਾਂਗਰਸ ਚ ਚਲੇ ਜਾਣ ਤੇ ਕਾਂਗਰਸ ਤੇ ਹੈ ਹੀ ਘਰ ਦੀ ਪਾਰਟੀ ਆ ਇਹਨਾਂ ਦੀ, ਤੇ ਜੇ ਅਕਾਲੀਆਂ ਚ ਚਲੇ ਜਾਣ ਫਿਰ ਵੀ ਬੱਲੇ ਬੱਲੇ ਆ, ਸਾਰਿਆਂ ਚ ਰਹਿ ਕੇ ਆਏ ਆ, ਆਲਰਾਊਂਡਰੀ ਆ, ਆਮ ਆਦਮੀ ਪਾਰਟੀ ਚ ਵੀ ਜਾ ਸਕਦੇ ਆ, ਉੱਥੇ ਦੇ ਵੀ ਉਹ ਕਨਵੀਨਰ ਰਹੇ ਆ ਕਿਸੇ ਸਮੇਂ ਦੇ। ਪਰ ਉਹਨਾਂ ਨੇ ਇਹਨਾਂ ਸਾਰੀਆਂ ਕਿਆਸ ਅਰਾਈਆਂ ਨੂੰ ਅੱਜ ਖਾਰਜ ਕਰ ਦਿੱਤਾ। ਉਹ ਕਹਿੰਦੇ ਆ ਕਿ ਨਹੀਂ ਭਾਈ, ਮੈਂ ਤੇ ਚੋਣ ਦੇ ਵਿੱਚ ਵੀ ਨਹੀਂ ਜਾਣਾ, ਮੈਂ ਤੇ ਕਿਸੇ ਨੂੰ ਵੋਟ ਆਖਣ ਵੀ ਨਹੀਂ ਜਾਣਾ, ਕਿਸੇ ਪਾਰਟੀ ਚ ਜਾਣ ਦੀ ਗੱਲ ਹੀ ਦੂਰ। ਦੂਜੀ ਗੱਲ ਉਹਨਾਂ ਨੇ ਆਖਿਆ ਕਿ ਵੋਟ ਪਾਉਣ ਲੱਗਿਆ ਤੁਸੀਂ ਇਸ ਗੱਲ ਦਾ ਖਿਆਲ ਰੱਖਿਓ ਕਿ ਜਿਹੜਾ ਉਮੀਦਵਾਰ ਹੈ ਮਿਲਣਸਾਰ ਹੋਵੇ, ਇਖਲਾਕੀ ਬੰਦਾ ਹੋਵੇ ਤੇ ਲੋਕਾਂ ਦੇ ਦੁੱਖ ਦਰਦ ਸਮਝਦਾ ਹੋਵੇ। ਆਹ ਗੱਲਾਂ ਕਈਆਂ ਨੇ ਨਾਲ ਅਪੀਲ ਕੀਤੀ ਆ। ਇਹ ਜ਼ਰੂਰ ਕਿਹਾ ਕਿ ਅਸੀਂ ਇਹਨਾਂ ਵੋਟਾਂ ਦੇ ਵਿੱਚ ਹਿੱਸਾ ਨਹੀਂ ਲੈਣਾ। ਹਾਂ, ਨਾਲ ਇਹ ਜ਼ਰੂਰ ਲਲਕਰਾ ਮਾਰ ਦਿੱਤਾ ਕਿ 2019 ਵਾਲਾ ਇਲੈਕਸ਼ਨ ਹੈ ਜਿਹੜਾ, ਉਹ ਅਸੀਂ ਪੂਰੇ ਜਲਾਓ ਜਲਾਓ ਦੇ ਨਾਲ ਲੜਾਂਗੇ। ਸੋ ਜਿਹੜੀ ਉਹਨਾਂ ਨੇ ਇੱਕ ਅਫਵਾਹ ਉੱਡੀ ਸੀ ਉਹ ਤੇ ਰੱਦ ਕਰ ਦਿੱਤੀ, ਇਹਦੇ ਚ ਕੋਈ ਸ਼ੱਕ ਨਹੀਂ ਹੈ, ਕੋਈ ਦੋ ਰਾਏ ਨਹੀਂ ਕਿ ਉਹ ਖਾਰਜ ਕਰ ਦਿੱਤੀ ਹੈ। ਹਾਂ, ਪਹਿਲੇ ਦਿਨ ਖਾਰਜ ਨਹੀਂ ਕੀਤੀ, ਦੂਸਰੇ ਦਿਨ ਖਾਰਜ ਨਹੀਂ ਕੀਤੀ, ਤੀਸਰੇ ਦਿਨ ਖਾਰਜ ਕੀਤੀ ਹੈ, ਤਾਂ ਮਤਲਬ ਆ ਕਿ ਕਿਤੇ ਨਾ ਕਿਤੇ ਗੱਲਬਾਤ ਤੇ ਚੱਲੀ ਹੈ ਸੁੱਚਾ ਸਿੰਘ ਛੋਟੇਪੁਰ ਨਾਲ, ਕਿਉਂਕਿ ਅੱਜ ਉਹਨਾਂ ਨੇ ਮੰਨਿਆ ਵੀ ਹੈ। ਉਹ ਕਹਿੰਦੇ ਆ ਕਿ ਕੁਛ ਕਾਂਗਰਸ ਦੇ ਬੰਦੇ ਮੇਰੇ ਨਾਲ ਆਏ ਸਨ ਗੱਲਬਾਤ ਕਰਨ, ਦੂਸਰੇ ਪਾਸੇ ਕੁਛ ਭਾਰਤੀ ਜਨਤਾ ਪਾਰਟੀ ਦੇ ਵੀ ਪਧਾਰੇ ਸੀਗੇ, ਗੱਲਾਂ ਬਾਤਾਂ ਹੋਈਆਂ ਨੇ, ਕੁਛ ਪੇਸ਼ਕਸ਼ਾਂ ਵੀ ਆਈਆਂ, ਪਰ ਮੈਂ ਕਿਸੇ ਪਾਰਟੀ ਚ ਨਹੀਂ ਜਾਣਾ। ਇਹਦਾ ਮਤਲਬ ਹੈ ਕਿ ਅਫਵਾਹਾਂ ਜਿਹੜੀਆਂ ਉਹ ਐਵੇਂ ਨਹੀਂ ਸੀ ਉੱਡੀ, ਜਿੱਦਾਂ ਉਹ ਕਾਂਗਰਸ ਦਾ ਮੰਨ ਗਏ ਆ, ਭਾਜਪਾ ਦਾ ਮੰਨ ਗਏ ਆ, ਹੋ ਸਕਦਾ ਅਕਾਲੀਆਂ ਨੇ ਵੀ ਭਾਜਪਾ ਦੇ ਮਾਰਫਤ ਜਾਂ ਆਪਣੇ ਤੌਰ ਤੇ ਪਹੁੰਚ ਕੀਤੀ ਹੋਵੇ। ਹੁਣ ਜਿਹੜਾ ਇਹ ਤੇ ਮੰਨਣਾ ਸੁੱਚਾ ਸਿੰਘ ਛੋਟੇਪੁਰ ਦਾ ਕਿ ਉਹ ਆਏ ਸੀਗੇ, ਇਹ ਇੱਕ ਸੰਕੇਤ ਕਰਦਾ। ਪਰ ਦੂਸਰੇ ਪਾਸੇ ਜਿਸ ਤਰੀਕੇ ਨਾਲ ਉਹਨਾਂ ਨੇ ਚਿੱਥ ਕੇ ਕਿਹਾ ਕਿ ਬੰਦਾ ਵੇਖ ਕੇ ਵੋਟ ਪਾਇਓ, ਬੰਦਾ ਮਿਲਣਸਾਰ ਹੋਵੇ, ਬੰਦਾ ਸੁਲਝਿਆ ਹੋਵੇ, ਬੰਦਾ ਕਰੈਕਟਰ ਵਾਲਾ ਹੋਵੇ, ਤਾਂ ਲੋਕ ਸਮਝਦੇ ਪਏ ਆ ਕਿ ਕਿਤੇ ਨਾ ਕਿਤੇ ਸੁੱਚਾ ਸਿੰਘ ਛੋਟੇਪੁਰ ਨੇ ਅਸਿੱਧੇ ਰੂਪ ਦੇ ਵਿੱਚ ਜਾਖੜ ਸਾਹਿਬ ਦੇ ਹੱਕ ਦੇ ਵਿੱਚ ਅਪੀਲ ਕੀਤੀ। ਹੁਣ ਇਹ ਨਹੀਂ ਪਤਾ ਕਿ ਕੋਈ ਸੈਟਿੰਗ ਵੈਟਿੰਗ ਹੋਈ ਹੈ ਪਰਦੇ ਦੇ ਪਿੱਛੇ, ਜਾਂ ਉਦਾਂ ਹੀ ਉਹਨਾਂ ਨੇ ਸੁਨੀਲ ਜਾਖੜ ਨੂੰ ਇਹ ਵੇਖਿਆ ਕਿ ਇਹ ਆਦਮੀ ਦੂਸਰਿਆਂ ਦੇ ਮੁਕਾਬਲੇ ਚੰਗਾ, ਤਾਂ ਲੱਗਦਾ ਇਹੋ ਹੀ ਆ ਕਿ ਸਿੱਧੇ ਰੂਪ ਦੇ ਵਿੱਚ ਉਹਨਾਂ ਨੇ ਸੁਨੀਲ ਜਾਖੜ ਦਾ ਜਿਹੜਾ ਪੱਖ ਪੂਰਿਆ। ਪਰ ਜਿਹੜਾ ਪਾਰਟੀ ਕਿਸੇ ਚ ਜਾਣ ਦਾ ਮੁੱਦਾ ਹੈ ਨਾ, ਉਹ ਏਦਾਂ ਲੱਗਦਾ ਕਿ ਜਿਹੜੇ ਇਹਨਾਂ ਦੇ ਨਾਲ ਦੇ ਸੀਗੇ ਉਹਨਾਂ ਨੇ ਕਿਤੇ ਕਹਿਤਾ ਹੋਣਾ ਕਿ ਸੁੱਚਾ ਸਿੰਘ ਛੋਟੇਪੁਰ ਜੀ ਵੱਟਿਆ ਕੁਛ ਨਹੀਂ ਜਾਣਾ, ਪਰ ਬਾਕੀ ਜਿਹੜਾ ਵੱਟਿਆ ਵਟਾਇਆ ਉਹ ਵੀ ਖੇ ਹੋ ਜਾਣਾ ਜੇ ਤੁਸੀਂ ਇੱਕ ਵਾਰੀ ਵੀ ਕਿਸੇ ਪਾਰਟੀ ਚ ਬੈਕ ਗੇਅਰ ਲਾ ਲਿਆ, ਜਿਹੜਾ ਮਾੜਾ ਮੋਟਾ ਯਕੀਨ ਹੈ ਉਹ ਖਤਮ ਹੋ ਜਾਊਗਾ। ਹਾਲ ਫਿਲਹਾਲ ਤੁਸੀਂ ਇੱਥੇ ਹੈਂਡ ਬ੍ਰੇਕ ਨੱਪ ਕੇ ਖੜੇ ਰਹੋ। ਬਿਲਕੁਲ ਜੀ, ਕੁਛ ਤੇ ਹੋਇਆ, ਅਫਵਾਹਾਂ ਬੜੀਆਂ ਗਰਮ ਸੀ ਕੇ ਜਾ ਰਹੇ ਆ। ਤੇ ਅੱਗੇ ਆਪਾਂ ਗੱਲ ਕਰਦੇ ਆ, ਗਿਫਟ ਮਿਲਦੇ ਆ ਬੜੇ ਲੋਕਾਂ ਨੂੰ, ਪਰ ਇਹ ਜਿਹੜੇ ਗਿਫਟ ਮਿਲਦੇ ਆ, ਤੋਹਫੇ ਮਿਲਦੇ ਆ, ਇਹ ਲੀਡਰਾਂ ਨੂੰ ਕਿਉਂ ਮਿਲਦੇ ਆ ਜਿਹੜੇ ਕਰੋੜਾਂ ਦੀ ਜਿਹਨਾਂ ਦੇ ਕੋਲ ਸੰਪਤੀ ਹੁੰਦੀ ਆ? ਤੇ ਇਸੇ ਤਰ੍ਹਾਂ ਹਰਸਿਮਰਤ ਕੌਰ ਬਾਦਲ ਨੂੰ ਵੀ 31 ਕਿੱਲਿਆਂ ਦਾ ਤੋਹਫਾ ਮਿਲਿਆ। ਚਲੋ ਚੰਗਾ ਹੋਇਆ, ਵਿਚਾਰਿਆਂ ਦੇ ਘਰ ਰੋਟੀ ਪੱਕਦੀ ਹੋ ਜਾਊਗੀ, ਏਡੇ ਗਰੀਬ ਬੰਦੇ ਕਿਤੇ ਲੱਭਣੇ ਆ, ਚਲੋ ਇਹਨੇ ਨਾਲ ਥੋੜਾ ਤੋਰੀ ਫੁਲਕਾ ਚੱਲ ਜਾਊਗਾ। ਵੈਸੇ ਆ ਗਿਫਟਾਂ ਵਾਲੀ ਗੱਲ ਤੁਸੀਂ ਵਾਕਿਆ ਕਹੀ ਕਿ ਨੇਤਾਵਾਂ ਨੂੰ ਮਿਲਦੇ, ਪਰ ਨੇਤਾਵਾਂ ਨੂੰ ਨੀ, ਭਾਰਤ ਚ ਬਾਬਿਆਂ ਨੂੰ ਵੀ ਮਿਲੀ ਜਾਂਦੇ ਆ। ਆ ਜਿਹੜਾ ਰਾਮਦੇਵ ਆ ਜੀ, ਇਹ ਰਾਮਦੇਵ ਇੱਕ ਟਾਪੂ ਗਿਫਟ ਚ ਲੈ ਆਇਆ ਸੀਗਾ, ਕਿਸੇ ਨੂੰ ਹੀਰੇ ਮਿਲਦੇ ਆ, ਮੋਤੀ ਮਿਲਦੇ ਆ ਜਾਂ ਏਕੜ ਮਿਲਦੇ ਆ, ਇਹ ਟਾਪੂ ਦਾ ਟਾਪੂ ਲੈ ਆਇਆ ਸੀ ਗਿਫਟ ਦੇ ਵਿੱਚ। ਤੇ ਸਕੀਮ ਵੀ ਇਹਨੇ ਕਮਾਲ ਦੀ ਲਾਈ ਸੀ, ਜਿਹੜੀ ਬਾਅਦ ਚ ਪਤਾ ਲੱਗੀ
ਇਹਨੇ ਇੱਕ ਟਾਪੂ ਖਰੀਦਣਾ ਸੀਗਾ, ਜਿਹਦੇ ਤੋਂ ਖਰੀਦਣਾ ਸੀ ਉਹਦੇ ਨਾਲ ਅੱਟਾ ਸੱਟਾ ਲਾ ਲਿਆ। ਉਹਨੂੰ ਇੱਥੇ ਕਹਿਤਾ ਕਿ ਤੈਨੂੰ ਮੈਂ ਇੱਥੇ ਗਿਫਟ ਕਰ ਦੂੰ, ਭਾਰਤ ਦੇ ਵਿੱਚ ਇੰਨੀ ਪ੍ਰੋਪਰਟੀ ਉਹਨੇ ਮੁੱਲ ਦੀ, ਤੂੰ ਮੈਨੂੰ ਕਹਿ ਦੇ ਕਿ ਮੈਂ ਇਹਨੂੰ ਇੱਥੇ ਗਿਫਟ। ਸੋ ਇਸ ਤਰ੍ਹਾਂ ਇਹਨੇ ਗਿਫਟ ਦਾ ਆਦਾਨ ਪ੍ਰਦਾਨ ਕਰ ਲਿਆ ਸੀ। ਪਤਾ ਵੀ ਲੱਗ ਗਿਆ ਸਾਰਾ ਕਿ ਆ ਸੌਦੇਬਾਜ਼ੀ ਹੋਈ ਆ। ਇਹਨੂੰ ਇੱਥੇ ਲੈ ਕੇ ਦਿੱਤੀ ਗਈ ਹੈ ਜ਼ਮੀਨ ਉਨੇ ਪੈਸਿਆਂ ਦੀ, ਇਹਨੇ ਰਾਮਦੇਵ ਨੇ ਜਾ ਕੇ ਬਦਲੇ ਦੇ ਵਿੱਚ ਉੱਥੇ ਜ਼ਮੀਨ ਲੈ ਲਈ ਆ। ਦਾਨ ਦਾਨ ਆਪਣੀ ਥਾਂ ਤੇ ਰਹਿ ਗਿਆ, ਸਮਾਨ ਸਮਾਨ ਦੋਨਾਂ ਨੇ ਆਪਣਾ ਸੰਭਾਲਿਆ। ਨਵਾਜ਼ ਸ਼ਰੀਫ ਨੇ ਵੀ ਤੇ ਇਹੋ ਹੀ ਕੀਤਾ ਸੀ। ਪਨਾਮਾ ਪੇਪਰ ਲੀਕ ਮਾਮਲੇ 'ਚ ਜਦੋਂ ਉਹਦੀ ਪ੍ਰੋਪਰਟੀ ਦੀ ਜਾਂਚ ਪੜਤਾਲ ਹੁੰਦੀ ਪਈ ਸੀਗੀ, ਉਹਨੇ ਇੱਕ ਅਰਬੀ ਸ਼ੇਖ ਦਾ ਨਾਮ ਲਿਆ ਸੀਗਾ ਕਿ ਉਹਨੇ ਮੈਨੂੰ ਇਹ ਜ਼ਮੀਨ ਜਿਹੜੀ ਹੈ ਦਾਨ ਕੀਤੀ ਹੈ। ਤੇ ਬਾਅਦ ਦੇ ਵਿੱਚ ਉਹ ਜਿਹੜਾ ਸ਼ੇਖ ਸੀਗਾ ਉਹ ਗਵਾਹੀ ਵੀ ਭੁਗਤ ਗਿਆ ਦੇ ਹੱਕ 'ਚ ਕਿ ਮੈਂ ਦਾਨ ਕੀਤਾ, ਪਰ ਉਹਨਾਂ ਨੇ ਨਹੀਂ ਸੀ ਮੰਨਿਆ। ਉਹ ਕਹਿੰਦੇ ਸੀ ਕਿ ਇਹ ਤਾਂ ਕੋਈ ਵੀ ਕਹਿ ਸਕਦਾ, ਕੋਈ ਵੀ ਕਹਿ ਸਕਦਾ, ਕੋਈ ਵੀ ਬੰਦਾ ਖੜਾ ਕਰਕੇ ਉਹ ਆ ਸਕਦਾ ਕਿ ਜੀ ਮੈਂ ਇਹਦੇ ਤੋਂ ਗਿਫਟ। ਸੋ ਗਿਫਟਾਂ ਵਾਲਾ ਚੱਕਰ ਸਾਡੇ ਗੁਆਂਢੀਆਂ ਦੇ ਵਿੱਚ ਵੀ, ਘਰ ਦੇ ਵਿੱਚ ਵੀ ਪਿਆ ਹੋਇਆ, ਸਾਡੇ ਇੱਥੇ ਵੀ ਬਹੁਤ ਲੰਮੇ ਸਮੇਂ ਤੋਂ ਇਹ ਚੱਕਰ ਚੱਲਦਾ ਹੈ। ਹੁਣ ਬੀਬਾ ਬਾਦਲ ਨੂੰ ਜਿਹੜੀ 31 ਏਕੜ ਜ਼ਮੀਨ ਮਿਲਣ ਦੇ ਚਰਚੇ ਆ, ਇਹਨਾਂ ਨੇ ਇੱਕ ਵਾਰ ਫੇਰ ਇਹ ਗਿਫਟਾਂ ਦੇ ਲੈਣ ਦੇਣ ਵਾਲੇ ਮਸਲੇ ਨੂੰ ਬੜਾ ਭਖਾ ਦਿੱਤਾ। ਲੋਕ ਬਹੁਤ ਤਰ੍ਹਾਂ ਦੀਆਂ ਗੱਲਾਂ ਕਰਦੇ ਪਏ ਆ, ਬਹੁਤ ਤਰ੍ਹਾਂ ਦੀਆਂ ਗੱਲਾਂ ਕਰਦੇ ਪਏ ਆ ਕਿ ਇਸ ਦੌਰ ਦੇ ਵਿੱਚ ਜਿੱਥੇ ਭਰਾ ਭਰਾ ਨੂੰ ਕਨਾਲ ਜ਼ਮੀਨ ਨਹੀਂ ਛੱਡਦਾ, ਉਹ 31 ਏਕੜ ਜ਼ਮੀਨ ਦਾਨ ਕਿਉਂ ਕਰੇਗਾ ਕਿਸੇ? ਇਹ ਸਮਝ ਤੋਂ ਪਰੇ ਆ ਕਿ ਇੰਨੀ ਜ਼ਮੀਨ ਕਿਸੇ ਕੋਲ ਕਿਵੇਂ ਵਾਧੂ ਆ ਗਈ, ਕੀ ਵੇਖ ਕੇ ਦਾਨ ਕਰੂਗਾ? ਔਰ ਦੂਜੀ ਗੱਲ ਆ ਕਿ ਕੀ ਦਾਨ ਦੇ ਨਾਂ ਤੇ ਸਭ ਕੁਛ ਗੋਲਮੋਲ ਕਰ ਦਿੱਤਾ ਜਾਏਗਾ? ਅਸੀਂ ਇਹਨਾਂ ਦੀ ਗੱਲ ਨਹੀਂ ਕਰਦੇ, ਸਾਰਿਆਂ ਦੀ ਗੱਲ ਕਰਦੇ ਆ ਕਿ ਜੇ ਕੋਈ ਦਾਨ ਕਹਿ ਦੇਵੇ ਕਿ ਚੈਰਿਟੀ ਆ ਜੀ, ਫਲਾਣੀ ਹੈ, ਧਮਕਾਣੀ ਹੈ, ਮੈਂ ਇਸ ਤਰੀਕੇ ਨਾਲ ਕੀਤੀ, ਉਹਨੂੰ ਕਿ ਉਹ ਦਾਨ ਦੇ ਨਾਂ ਤੇ ਹੀ ਸਭ ਕੁਛ ਬੰਦ ਕਰ ਦਿੱਤਾ ਜਾਵੇ, ਉਹਦੀ ਕੋਈ ਪੁੱਛ ਪੜਤਾਲ ਨਾ ਕੀਤੀ ਜਾਵੇ ਕਿ ਇਹਦੇ ਪਰਦੇ ਦੇ ਪਿੱਛੇ ਅਸਲ ਖੇਡ ਕੀ ਆ, ਕਦੇ ਜਾਣਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਸੋ ਜਿਹੜੀ 31 ਏਕੜ ਜ਼ਮੀਨ ਮਿਲੀ ਹੈ ਇਹਨਾਂ ਨੂੰ ਰਣੀਆਂ ਦੇ, ਰਣੀਆਂ ਬਾਦਲ ਪਿੰਡ ਤੋਂ ਕੋਈ ਬਹੁਤੀ ਦੂਰ ਨਹੀਂ ਹੈ, ਜੇ ਆਪਾਂ ਵੇਖੀਏ ਤੇ ਇੱਥੋਂ ਸਰਸੇ ਤੋਂ ਬਾਦਲ ਦੀ ਦੂਰੀ ਹੈ ਜਿਹੜੀ ਉਹ ਹੋਣੀ 80-90 ਕਿਲੋਮੀਟਰ ਦੀ, ਤੇ ਰਣੀਆਂ ਜਿਹੜਾ ਉਹ ਉਹਦਾ ਰਹਿ ਜਾਂਦਾ। ਸੋ ਬਹੁਤੀ ਦੂਰ ਨਹੀਂ ਹੈ ਬਾਦਲ ਪਿੰਡ ਤੋਂ, ਬਾਲਾਸਰ ਵੀ ਇਹਨਾਂ ਦਾ ਫਾਰਮ ਹੈ। ਸੋ ਇੱਕ ਫਾਰਮ ਹੋਰ ਬਣ ਗਿਆ। ਇਹ ਜਿਹੜਾ ਆਦਾਨ ਪ੍ਰਦਾਨ ਹੈ ਗਿਫਟਾਂ ਦਾ, ਇਹ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿ ਮੰਤਰੀ ਪਦ ਤੇ ਆ, ਕਿਉਂਕਿ ਬੀਬਾ ਬਾਦਲ ਕਿਸੇ ਹੋਰ ਅਹੁਦੇ ਤੇ ਨਹੀਂ ਹੈ, ਇੱਕ ਸੰਵਿਧਾਨਕ ਅਹੁਦੇ ਤੇ ਆ। ਸੰਵਿਧਾਨਕ ਅਹੁਦੇ ਤੇ ਕੋਈ ਕੰਮ ਕਰਦਾ ਮੰਤਰੀ, ਉਹਨੂੰ ਕਰੋੜਾਂ ਰੁਪਈਆਂ ਦੀ ਜ਼ਮੀਨ ਜਿਹੜੀ ਹੈ ਉਹ ਗਿਫਟ ਦੇ ਵਜੋਂ ਦਿੱਤੀ ਜਾਂਦੀ ਆ। ਘੱਟੋ ਘੱਟ ਜਾਂਚ ਪੜਤਾਲ ਤੇ ਕਰਨੀ ਚਾਹੀਦੀ ਆ ਕਿ ਜਿਹੜਾ ਮੌਜੂਦਾ ਮੰਤਰੀ ਆ ਉਹਨੂੰ ਕਰੋੜਾਂ ਦਾ ਇਹ ਗਿਫਟ ਕਿਉਂ ਮਿਲਦਾ ਪਿਆ। ਘੱਟੋ ਘੱਟ ਪੜਤਾਲ ਕਰਨੀ ਤਾਂ ਬਣਦੀ ਆ, ਉਦਾਂ ਜਿਹੜਾ ਦਾਨ ਦੇਣ ਵਾਲਾ ਉਹਨੂੰ ਰੰਗ ਭਾਗ ਲੱਗੇ ਰਹਿਣ, ਕਿਉਂਕਿ ਇਹਨਾਂ ਗਰੀਬਾਂ ਨੂੰ ਉਹਨਾਂ ਨੇ ਕੋਈ ਰੋਜੀ ਰੋਟੀ ਦਾ ਸਹਾਰਾ ਦੇ ਦਿੱਤਾ। ਇਹਦੇ ਚ ਹੁਣ ਹਰਿਆਣੇ ਨੂੰ ਵੀ ਵਧਾਈ ਦੇ ਦੇਣੀ ਚਾਹੀਦੀ ਆ, ਕਿਉਂਕਿ ਹਰਿਆਣੇ ਦਾ ਪਾਣੀ ਪੱਕਾ ਰਹੂ, ਇਹਨਾਂ ਦੀ ਰੋਟੀ ਪੱਕਦੀ ਰਹੂ। ਸੋ ਦੋਵੇਂ ਹੀ ਧਿਰਾਂ ਮੇਰੇ ਖਿਆਲ ਦੇ ਨਾਲ ਫਾਇਦੇ 'ਚ ਆ, ਪਰ ਇਹ ਜੋ ਮਰਜ਼ੀ ਆ ਜਾਂਚ ਪੜਤਾਲ ਲਾਜ਼ਮੀ ਹੋਣੀ ਚਾਹੀਦੀ ਆ ਕਿ ਇਹ ਗਿਫਟ ਕਿੱਧਰੋਂ ਆਉਂਦੇ ਆ, ਕਿੱਧਰ ਜਾਂਦੇ ਆ, ਔਰ ਇਹਨਾਂ ਨੂੰ ਦੇਣ ਵਾਲੇ ਆ ਜਿਹੜੇ ਉਹ ਇੰਨੇ ਦਿਆਨਤਦਾਰ ਕਿਉਂ ਆ ਕਿ ਇਹਨਾਂ 'ਤੇ ਦਇਆ ਦਿਖਾਉਂਦੇ ਆ? ਜਿਹੜੇ ਲੋਕ ਫੁੱਟਪਾਥੀ ਆ, ਜਿਹਨਾਂ ਨੂੰ 2 ਟਾਈਮ ਦੀ ਰੋਟੀ ਆ ਜਿਹੜੀ ਉਹ ਕਦੇ ਚੰਗੇ ਭਾਗੀ ਮਿਲਦੀ ਆ, ਜਿਹੜੇ ਲੋਕ ਦਵਾਈਆਂ ਖੂਨ ਤਰਸਦੇ ਰਹਿੰਦੇ ਆ, ਉਹਨਾਂ ਤੇ ਤਰਸ ਕਿਉਂ ਨਹੀਂ ਆਉਂਦਾ? ਇਹਨਾਂ ਗਰੀਬਾਂ ਤੇ ਕਿਉਂ ਤਰਸ ਆਉਂਦਾ? ਉਹੀ ਗੱਲ ਆ ਜੀ, ਜਿਹਨਾਂ ਲੋਕਾਂ ਦੇ ਸਿਰ ਕਰਜ਼ਾ 3-3 ਲੱਖ ਦਾ ਉਹ ਖੁਦਕਸ਼ੀਆਂ ਕਰ ਰਿਹਾ, ਇੱਥੇ ਕਰੋੜਾਂ ਦੇ ਵਿੱਚ ਜਿਹੜੇ ਇਹਨਾਂ ਨੂੰ ਤੋਹਫੇ ਮਿਲ ਰਹੇ ਆ, ਸੋਚਣ ਵਾਲੀ ਗੱਲ ਆ। ਤੇ ਅੱਗੇ ਆਪਾਂ ਗੱਲ ਕਰਦੇ ਖਹਿਰਾ ਤੇ ਰਾਣਾ ਗੁਰਜੀਤ ਦੀ। ਇਹਨਾਂ ਦੇ ਪਹਿਲਾਂ ਵੀ ਸ਼ਬਦੀ ਹਮਲੇ ਸੀ ਇੱਕ ਦੂਜੇ ਤੇ, ਤਾਂ ਹੁਣ ਫਿਰ ਰੇਤ ਦੇ ਖੱਡਾਂ ਵਾਲਾ ਮਾਮਲਾ ਆ, ਫਿਰ ਗਰਮਾਇਆ ਹੋਇਆ। ਦੇਖੋ ਇਹ ਰੇਤ ਦੀਆਂ ਖੱਡਾਂ ਵਾਲਾ ਜਿਹੜਾ ਮਸਲਾ ਉਹ ਪਹਿਲਾਂ ਤੇ ਦਬਾਇਆ ਗਿਆ ਸੀ, ਪਰ ਖਹਿਰੇ ਨੇ ਫੇਰ ਪਖਾ ਦਿੱਤਾ। ਦਬਾਇਆ ਇਉਂ ਗਿਆ ਸੀਗਾ ਕਿ ਇਹਨਾਂ ਨੇ ਜਸਟਿਸ SS ਨਾਰੰਗ ਦੀ ਅਗਵਾਈ ਦੇ ਵਿੱਚ ਇੱਕ ਕਮਿਸ਼ਨ ਬਿਠਾਲ ਦਿੱਤਾ। ਪਹਿਲਾਂ ਤੇ ਕਹਿੰਦੇ ਕਿ ਮਹੀਨੇ ਦੇ ਵਿੱਚ ਰਿਪੋਰਟ ਦੇ ਦੂਗਾ, ਇਹਨਾਂ ਨੇ ਸ਼ਾਇਦ ਮਹੀਨਾ ਗਾਂ ਕੋਈ ਹੋਰ ਰੱਖਿਆ ਸੀਗਾ। ਦੂਸਰੇ ਮਹੀਨੇ 'ਚ ਉਹਨੇ ਰਿਪੋਰਟ ਦਿੱਤੀ, ਮੁੜ ਕੇ ਦੱਬ ਕੇ ਬਹਿ ਗਏ। ਹਾਲਾਂਕਿ ਜਦੋਂ ਰਿਪੋਰਟ ਸੌਂਪੀ ਸੀ ਸਰਕਾਰ ਨੂੰ ਜਸਟਿਸ SS ਨਾਰੰਗ ਨੇ, ਤਾਂ ਇਹਨਾਂ ਨੇ ਕਿਹਾ ਸੀਗਾ ਕਿ 15 ਦਿਨਾਂ ਦੇ ਅੰਦਰ ਅੰਦਰ ਜਿਹੜਾ ਸਾਡਾ ਸੈਕਟਰੀ ਆ, ਹੋਮ ਸੈਕਟਰੀ ਆ, ਜਿਹੜਾ ਪ੍ਰਿੰਸੀਪਲ ਸੈਕਟਰੀ ਆ ਜਿਹੜਾ ਸਾਡੇ ਪੰਜਾਬ ਦਾ, ਉਹ ਐਕਸ਼ਨ ਲਊਗਾ, ਇਸ ਉਹ ਇਹਨੂੰ ਜਨਤਕ ਵੀ ਕਰ ਸਕਦੇ। ਬਾਅਦ ਦੇ ਵਿੱਚ ਕੁਛ ਵੀ ਨਹੀਂ ਹੋਇਆ। ਉਹ ਰਿਪੋਰਟ ਪਤਾ ਨਹੀਂ ਕਿਹੜੇ ਦਰਾਜ ਦੇ ਵਿੱਚ ਇਹਨਾਂ ਨੇ ਰੱਖ ਦਿੱਤੀ। ਨਹੀਂ ਹੋਇਆ ਕਿ ਇੱਕ ਸੁਖਪਾਲ ਸਿੰਘ ਖਹਿਰਾ ਨੇ RTI ਪਾ ਕੇ ਔਰ ਬੜਾ ਟਿੱਲ ਲਾ ਕੇ ਉਹਦੀ ਕਾਪੀ ਜਿਹੜੀ ਇੱਕ ਹਾਸਲ ਕਰ, ਉਹ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਰੌਲਾ ਪਾ ਦਿੱਤਾ।
ਉਹ ਕਹਿੰਦਾ ਕਿ ਸਿੱਧੇ ਤੌਰ ਤੇ ਰਾਣਾ ਗੁਰਜੀਤ ਸਿੰਘ ਨੂੰ ਇਸ ਰਿਪੋਰਟ ਦੇ ਵਿੱਚ ਬਚਾਇਆ ਗਿਆ ਤੇ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਸੀਗਾ ਕਿ ਇਹ ਜਿਹੜਾ ਕਮਿਸ਼ਨ ਆ ਉਹਨੇ ਕੰਮ ਕਿਸ ਤਰ੍ਹਾਂ ਦਾ ਕਰਨਾ। ਦੇਖ ਲਓ ਅਸੀਂ ਸੱਚ ਬੋਲਦੇ ਸੀ। ਇਹ ਰਿਪੋਰਟ ਆ ਜਿਹੜੀ ਇਹਦੇ ਵਿੱਚ ਰਾਣਾ ਗੁਰਜੀਤ ਨੂੰ ਸਿੱਧੇ ਤੌਰ ਤੇ ਬਚਾਇਆ ਗਿਆ। ਔਰ ਦੂਜੀ ਗੱਲ ਜਿਹੜੀ ਸੁਖਪਾਲ ਸਿੰਘ ਖਹਿਰਾ ਨੇ ਖੁਲਾਸੇ ਦੇ ਰੂਪ ਕੀਤੀ ਉਹ ਇਹ, ਉਹ ਕਹਿੰਦਾ ਕਿ ਦੇਖੋ ਇਹਦੇ ਵਿੱਚ ਜਿੱਥੇ ਰਾਣਾ ਗੁਰਜੀਤ ਸਿੰਘ ਨੂੰ ਸਿੱਧੇ ਤੌਰ ਤੇ ਬਚਾਇਆ ਗਿਆ ਪਰ ਦੂਜੇ ਪਾਸੇ ਸਿੱਧੇ ਤੌਰ ਤੇ ਸਾਫ਼ ਵੀ ਕੀਤਾ ਗਿਆ ਕਿ ਦਾਲ ਦੇ ਵਿੱਚ ਕੁਛ ਕਾਲਾ ਨਹੀਂ, ਦਾਲ ਵਾਹਵਾ ਕਾਲੀ ਆ। ਉਹ ਕਹਿੰਦੇ ਕਿ ਜਿਹੜੇ ਦੋ ਬੰਦਿਆਂ ਦੇ ਨਾਮ ਤੇ ਖੱਡਾਂ ਲਈਆਂ ਗਈਆਂ ਸਨ, ਇੱਕ ਤੇ ਸ਼ਾਇਦ ਉਹ ਅਮਿਤ ਬਹਾਦਰ ਨਾਂ ਦਾ ਇਹਨਾਂ ਦਾ ਕੁੱਕ ਸੀਗਾ, ਰਸੋਈਆ ਸੀਗਾ, ਇੱਕ ਹੋਰ ਸੀਗਾ ਜਿਹੜਾ ਪੰਜਾਬ ਦੇ ਰਹਿਣ ਵਾਲਾ ਸੀਗਾ। ਉਹ ਕਹਿੰਦਾ ਕਿ ਜਿਹੜਾ ਇਹਨਾਂ ਦੋ ਬੰਦਿਆਂ ਦੇ ਨਾਂ ਤੇ ਖੱਡਾਂ ਵਾਲਾ ਇਹ ਸਾਰਾ ਕਾਲਾ ਮਾਲਾ ਹੋਇਆ, ਉਹਦੇ ਚ ਇਹ ਦੋ ਬੰਦੇ ਆਪ ਹੀ ਮੰਨਦੇ ਪਏ ਆ ਕਿ ਜਿਹੜੀ ਖੱਡਾਂ ਦੀ ਨਿਲਾਮੀ ਲਈ ਰਕਮ ਰੱਖੀ ਗਈ ਤੇ ਬਾਅਦ ਦੇ ਵਿੱਚ ਜਿਸ ਰਕਮ ਦੇ ਆਧਾਰ ਤੇ ਸਾਨੂੰ ਅਲੋਟਮੈਂਟ ਹੋਈ, ਸਾਨੂੰ ਨੀ ਪਤਾ ਪੈਸਾ ਕਿੱਥੋਂ ਆਇਆ ਕਿੱਥੇ। ਇਹ ਸੁਖਪਾਲ ਸਿੰਘ ਖਹਿਰਾ ਨੇ ਕੱਲ RTI ਆਪਦੇ ਕੋਲ ਹੋਣ ਦਾ ਦਾਅਵਾ ਕਰਕੇ ਇਹਨਾਂ ਨੇ ਖੁਲਾਸਾ ਕੀਤਾ। ਕਹਿੰਦੇ ਕਿ ਆਹ ਮਸਲਾ ਆ ਮਾਜ਼ਰਾ, ਜੇ ਹੁਣ ਇਹ ਮਸਲਾ ਮਾਜ਼ਰਾ ਹੈ ਤੇ ਫਿਰ ਵਾਕਈ ਬੜੀ ਚਿੰਤਾ ਦੀ ਗੱਲ ਆ। ਜਿਹੜਾ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਸੀਗਾ ਕਿ ਲੁੱਟ ਕੇ ਖਾਣ ਵਾਲਿਆਂ ਦੀ ਮੈਂ ਰਗਾਂ ਚ ਹੱਥ ਪਾ ਕੇ ਸਮਾਨ ਕੱਢ ਲਊ, ਉਹ ਇਸ ਤਰ੍ਹਾਂ ਦੇ ਟਾਲੇ ਮਟਾਲੇ ਕਰਦਾ ਫਿਰਦਾ, ਇਸ ਤਰ੍ਹਾਂ ਕਾਲੇ ਮਾਲਿਆਂ ਤੇ ਪਰਦਾਵਦਾਰੀ ਕਰਦਾ ਫਿਰਦਾ, ਫਿਰ ਸੰਕੇਤ ਸਾਨੂੰ ਥੋੜੇ ਜਿਹੇ ਉਦਾਸ ਕਰਨ ਵਾਲੇ ਮਿਲਦੇ ਪਏ ਆ। ਓਦਾਂ ਦੂਜੀ ਗੱਲ ਜਿਹੜੀ ਆ ਕਿ ਸੁਖਪਾਲ ਸਿੰਘ ਖਹਿਰਾ ਨੇ ਅੱਜ ਕੱਲਾ ਕਾਂਗਰਸ ਤੇ ਇਸ ਤਰ੍ਹਾਂ ਦਾ ਹਮਲਾ ਨਹੀਂ ਕੀਤਾ, ਬਲਕਿ ਇਹਨੇ ਅੱਜ ਅਕਾਲੀਆਂ ਨੂੰ ਵੀ ਕਸੂਤਾ ਫਸਾ ਦਿੱਤਾ। ਅਕਾਲੀਆਂ ਨੂੰ ਕਸੂਤਾ ਕਿੱਦਾਂ ਫਸਾਇਆ? ਇਹਨੇ ਅਕਾਲ ਤਖ਼ਤ ਤੇ ਇੱਕ ਖੁੱਲਾ ਪੱਤਰ ਭੇਜ ਦਿੱਤਾ, ਪੱਤਰ ਭੇਜ ਕੇ ਵਿੱਚ ਮੰਗ ਰੱਖੀ ਆ ਕਿ ਜਿੱਦਾਂ ਤੁਸੀਂ ਇੱਕ FIR ਦਰਜ ਹੋਣ ਤੋਂ ਬਾਅਦ ਸੁੱਚਾ ਸਿੰਘ ਲਗਾ ਸੀਗਾ ਜਿਹੜਾ ਉਹਨੂੰ ਪੰਥ ਚੋਂ ਛੇਕ ਦਿੱਤਾ, ਤਾਂ ਉਦਾਂ ਇੱਕ ਹੋਰ ਸ਼ਖਸ ਵੀ ਹੈ ਜਿਹੜਾ ਤੁਹਾਡੀ ਕਮੇਟੀ ਚ ਬੈਠਾ ਹੈ, ਤੁਸੀਂ ਉਹਦੇ ਤੇ ਵੀ ਕਾਰਵਾਈ। ਉਹਦਾ ਨਾਂ ਦੱਸਿਆ, ਉਹ ਕਹਿੰਦਾ ਕਿ ਬੀਬੀ ਜਗੀਰ ਕੌਰ ਆ ਜਿਹਨੂੰ CBI ਕੋਰਟ ਨੇ 5 ਸਾਲ ਦੀ ਸਜ਼ਾ ਦਿੱਤੀ ਆ। ਇੱਕ ਬੰਦੇ ਦਾ ਹਾਲੇ ਟ੍ਰਾਇਲ ਚੱਲਣਾ, ਟ੍ਰਾਇਲ ਚੱਲ ਕੇ ਪਤਾ ਨੀ ਕੱਲ ਨੂੰ ਅਦਾਲਤ ਨੇ ਉਹਨੂੰ ਬਰੀ ਕਰਨਾ ਜਾਂ ਉਹਨੂੰ ਸਜ਼ਾ ਦੇਣੀ ਆ, ਉਹ ਬਾਅਦ ਦੀ ਗੱਲ ਹੈ ਸੁੱਚਾ ਸਿੰਘ ਲੰਗਾਹ ਨੂੰ। ਪਰ ਜਿਹਨੂੰ ਸਜ਼ਾ ਆਲਰੇਡੀ ਹੋ ਚੁੱਕੀ ਆ ਉਹ ਕਿਉਂ ਨੀ ਪੰਥ ਚੋਂ ਛੇਕ? ਸੋ ਇਸ ਮਾਮਲੇ ਦੇ ਵਿੱਚ ਵੀ ਜਿੱਥੇ ਜਥੇਦਾਰ ਕਸੂਤੇ ਫਸ ਗਏ ਆ, ਅਕਾਲੀ ਦਲ ਵੀ ਇੱਕ ਵਾਰੀ ਫਿਰ ਕਸੂਤਾ ਫਸ ਗਿਆ, ਕਿਉਂਕਿ ਇਹ ਮੰਗ ਤੇ ਪਹਿਲਾਂ ਵੀ ਉੱਠਦੀ ਰਹੀ ਆ ਕਿ ਬੀਬੀ ਜਗੀਰ ਕੌਰ ਨੂੰ ਕੀ ਪੰਥ ਦੀ ਨੁਮਾਇੰਦਗੀ ਦੇਣੀ ਠੀਕ ਆ ਜਾਂ ਅਕਾਲੀ ਦਲ ਦਾ ਇਸਤਰੀ ਮੰਚ ਹੈ ਜਿਹੜਾ ਉਹ ਇਹਦੇ ਹਵਾਲੇ ਕਰਨਾ ਵਾਜਬ ਆ। ਸੋ ਇੱਕ ਵਾਰੀ ਫਿਰ ਸੁਖਪਾਲ ਸਿੰਘ ਖਹਿਰਾ ਨੇ ਨਾ ਸਿਰਫ ਇੱਕੋ ਵੇਲੇ ਕਾਂਗਰਸ ਨੂੰ ਕਸੂਤਾ ਫਸਾਇਆ, ਬਲਕਿ ਅਕਾਲੀ ਦਲ ਅਤੇ ਜਥੇਦਾਰਾਂ ਦੀ ਜਿਹੜੀ ਪੋਜੀਸ਼ਨ ਆ ਉਹ ਵੀ ਇੱਕ ਫਸਵੀਂ ਕਰ ਦਿੱਤੀ ਆ। ਉਦਾਂ ਰਾਣਾ ਗੁਰਜੀਤ ਨੇ ਮੋੜਵਾਂ ਜਵਾਬ ਦਿੱਤਾ, ਉਹ ਕਹਿੰਦਾ ਜੀ ਇਹਦਾ ਤਾਂ ਦਿਮਾਗੀ ਰੋਗ ਆ, ਇਹਨੂੰ ਤੇ ਦਿਮਾਗੀ ਬਿਮਾਰੀ ਆ, ਇਹ ਮਾਨਸਿਕ ਰੋਗੀ ਆ, ਮੇਰੇ ਕੋਲ ਇਹਦਾ ਕੋਈ ਦਵਾਈ ਦੱਪਾ ਨਹੀਂ, ਇਹਦਾ ਕੰਮ ਇੱਦਾਂ ਹੀ ਚੱਲਣ ਦਿਓ। ਬਿਲਕੁਲ ਜੀ, ਅੱਜ ਤੱਕ ਫਿਰ ਰਾਣਾ ਗੁਰਜੀਤ ਨੂੰ ਹੱਥ ਨਹੀਂ ਨਾ ਪਾਇਆ ਕਿਸੇ ਨੇ। ਤੇ ਅੱਗੇ ਆਪਾਂ ਸਲਾਰੀਆ ਦੀ ਜੇ ਗੱਲ ਕਰੀਏ ਤਾਂ ਉਹ ਕਹਿੰਦਾ ਕਿ ਮਨਪ੍ਰੀਤ ਦੇ ਠੋਕੂਗਾ ਕੇਸ 50 ਕਰੋੜ ਦਾ। ਦੇਖੋ ਇਹ ਸਲਾਰੀਆ ਪਹਿਲਾਂ ਤੇ 3-4 ਦਿਨ ਸੋਚਦਾ ਹੀ ਰਿਹਾ ਕਿ ਮੈਂ ਬੋਲਾਂ ਜਾਂ ਨਾ ਬੋਲਾਂ, ਜੇ ਬੋਲਾਂ ਤੇ ਕੀ ਬੋਲਾਂ। ਹੁਣ ਸੋਚ ਸੋਚ ਕੇ ਬੋਲਿਆ ਤੇ ਫਿਰ ਵਾਹਵਾ ਉਹਨੇ ਬੋਲ ਕੱਢੇ ਆ। ਉਹ ਕਹਿੰਦਾ ਕਿ ਦੇਖੋ ਮਨਪ੍ਰੀਤ ਬਾਦਲ ਨੇ ਮੇਰੇ ਤੇ ਦੋਸ਼ ਲਾਇਆ ਕਿ ਮੇਰੇ ਕੇਸ ਦੇ ਵਿੱਚ ਚਾਰਜਸ ਫਰੇਮ ਹੋਏ ਆ ਤੇ ਮੈਂ ਮੈਂਸ਼ਨ ਨਹੀਂ ਕੀਤੇ। ਇਹ ਕਹਿੰਦੇ ਆ ਕਿ ਮਨਪ੍ਰੀਤ ਬਾਦਲ ਦੀ ਗੱਲ ਜਿਹੜੀ ਆ ਬਿਲਕੁਲ। ਉਹ ਕਹਿੰਦਾ ਕਿ ਦੇਖੋ ਮੇਰੇ ਖਿਲਾਫ ਰੇਪ ਦੀ ਵੀ ਨੇ ਸ਼ਿਕਾਇਤ ਕੀਤੀ ਸੀ, ਪਰ ਉਹ ਸ਼ਿਕਾਇਤ ਜਿਹੜੀ ਸੀਗੀ ਪੁਲਿਸ ਨੇ ਝੂਠੀ ਪਾਈ, ਉਹ ਮਾਮਲੇ ਦੇ ਵਿੱਚ ਚਲਾਨ ਪੇਸ਼ ਨਹੀਂ ਹੋਇਆ। ਜਦਕਿ ਮਨਪ੍ਰੀਤ ਬਾਦਲ ਨੇ ਦਾਅਵਾ ਕੀਤਾ ਸੀਗਾ ਕਿ ਇਸ ਕੇਸ ਦੇ ਵਿੱਚ ਚਲਾਨ ਪੇਸ਼ ਹੋਇਆ ਵਿਆ। ਜਦੋਂ ਚਲਾਨ ਪੇਸ਼ ਹੋਇਆ, ਜਦੋਂ ਕਾਇਦਾ ਕਾਨੂੰਨ ਇਹ ਗੱਲ ਕਹਿੰਦਾ ਹੈ ਕਿ ਜਿਸ ਕੇਸ ਦੇ ਵਿੱਚ ਵੀ ਚਲਾਨ ਪੇਸ਼ ਹੋਇਆ, ਜੇਕਰ ਉਸ ਬੰਦੇ ਨੇ ਨਾਮਜ਼ਦ ਬੰਦੇ ਨੇ ਚੋਣ ਲੜਨੀ ਹੈ ਤੇ ਉਹ ਵਿੱਚ ਮੈਂਸ਼ਨ ਕਰਨਾ ਜ਼ਰੂਰੀ ਹੋਏਗਾ ਕੇਸ, ਕਿ ਮੇਰਾ ਆਹ ਕੇਸ ਜਿਹੜਾ ਉਹ ਜ਼ੇਰੇ ਸੁਣਵਾਈ ਅਦਾਲਤ। ਹੁਣ ਸਲਾਰੀਆ ਸਾਹਿਬ ਕਹਿੰਦੇ ਆ, ਕਹਿੰਦੇ ਜੀ ਕਿ ਜਨਾਬ ਮੇਰਾ ਤਾਂ ਉਹ ਕੇਸ ਜਿਹੜਾ ਉਹ ਚਾਰਜਸ ਹੀ ਫਰੇਮ ਹੋਇਆ, ਉਹਦੇ ਚਾਰਜ ਹੀ ਨਹੀਂ ਫਰੇਮ ਹੋਏ। ਤਾਂ ਫਿਰ ਮਨਪ੍ਰੀਤ ਬਾਦਲ ਕਿਵੇਂ ਕਹਿ ਰਿਹਾ ਉਸ ਕੇਸ ਦੇ ਵਿੱਚ ਚਲਾਨ ਪੇਸ਼? ਉਹ ਕਹਿੰਦਾ ਕਿ ਮੈਂ ਇਹਦੇ ਤੇ ਹੁਣ 50 ਕਰੋੜ ਰੁਪਇਆ ਮਾਣ ਹਾਨੀ ਦਾ ਕੇਸ ਠੋਕਣ ਚੱਲਿਆ। ਹੁਣ ਦੇਖਦੇ ਹੋ ਕਿ ਠੋਕਦਾ ਕਿ ਨਹੀਂ। ਸਿਰਫ ਤੇ ਸਿਰਫ ਉਹ ਜਿਵੇਂ ਸਿੱਧੂ ਕਹਿੰਦਾ ਕਿ ਠੋਕੋ ਠੋਕੋ ਤਾਲੀ ਠੋਕੋ, ਇਹ ਤਾਲੀ ਠੋਕਣ ਵਾਲਾ ਹੀ ਕੰਮ ਕਰਦਾ ਜਾਂ ਜਾ ਕੇ ਉੱਥੇ ਤਾਲ ਵੀ ਠੋਕਦਾ? ਇਹ ਤੇ ਪਤਾ ਬਾਅਦ ਚ ਲੱਗੂਗਾ, ਸ਼ਾਇਦ ਇਲੈਕਸ਼ਨ ਵੇਖ ਕੇ ਮਾਣ ਹਾਨੀ ਹੋਵੇ ਜਾਂ ਉਹ ਤੋਂ ਬਾਅਦ ਕੇਸ ਹੋਵੇ, ਇਹ ਬਾਅਦ ਚ ਵੇਖਣ ਵਿਖਾਉਣ ਵਾਲੀਆਂ ਗੱਲਾਂ ਹੋਣਗੀਆਂ। ਉਹਦਾ ਇੱਥੇ ਰਾਜਨੀਤੀ ਹੈ ਜਿਹੜੀ
ਉਹ ਇੱਕ ਵੱਖਰੇ ਰਾਹ ਨੂੰ ਤੁਰਦੀ ਨਜ਼ਰ ਆਉਂਦੀ ਪਈ ਆ। ਕੱਲ ਇੱਕ ਕਾਂਗਰਸੀ ਆਗੂ ਦੀ ਵੀਡੀਓ ਹੋਣ ਦਾ ਦਾਵਾ ਕਰਕੇ ਬਹੁਤ ਵੱਡੇ ਪੱਧਰ ਤੇ ਪ੍ਰਾਪੇਗੰਡਾ ਖੜਾ ਕੀਤਾ ਗਿਆ, ਪਰ ਉਹ ਹਿੰਮਤ ਸੀਗੀ ਉਹਦੀ ਕਾਂਗਰਸ, ਉਹਨੇ ਸਾਰੇ ਸਬੂਤ ਲੱਭ ਲਿਆਂਦੇ। ਉਹਨਾਂ ਸਬੂਤਾਂ ਦੀ ਬਿਨਾਹ ਤੇ ਆ ਕੇ ਉਹਨੇ ਸਾਰਾ ਭਾਂਡਾ ਭੰਨ ਦਿੱਤਾ ਕਿ ਅਸਲ ਦੇ ਵਿੱਚ ਵੀਡੀਓ ਫਲਾਂ ਫਲਾਂ ਬੰਦੇ ਦੀ ਆ, ਮੈਂ ਵੀਡੀਓ ਦੇ ਵਿੱਚ ਨਹੀਂ ਆ। ਪਰ ਉਸ ਬੰਦੇ ਦੀ ਇੱਕ ਵਾਰੀ ਮਿੱਟੀ ਰੱਜ ਕੇ ਖੇ ਹੋ ਗਈ, ਮਿੱਟੀ ਰੱਜ ਕੇ ਪਲੀਤ ਹੋ। ਦੂਜੇ ਪਾਸੇ ਸਲਾਰੀਏ ਹੋਰੀ ਵੀ ਹੁਣ ਉਸੇ ਹੀ ਤਰ੍ਹਾਂ ਦੀ ਰਾਜਨੀਤੀ ਕਰਦੇ ਪਏ ਆ ਜਿਸ ਤਰ੍ਹਾਂ ਦੀ ਰਾਜਨੀਤੀ ਉਹਨਾਂ ਦੇ ਖਿਲਾਫ ਹੋਣ ਡਈ ਆ। ਇਹਨਾਂ ਨੇ ਕੱਲ ਜਾਖੜ ਦਾ ਸਿੱਧੇ ਤੌਰ ਤੇ ਨਾਂ ਲੈ ਕੇ ਕਿਹਾ ਕਿ ਇੱਕ ਬੀਬੀ ਦੇ ਨਾਲ ਇਹਦੇ ਵੀ ਤਾਲੁਕਾਤ ਆ, ਇਹ ਦੱਸੇ ਕਿ ਉਹ ਇਹਦੀ ਕੀ ਲੱਗਦੀ ਆ। ਹੁਣ ਜਿਵੇਂ ਆਂਦੇ ਕੈਂਠੇ ਵਾਲਾ, ਭਾਈ ਤੇਰਾ ਕੀ ਲੱਗਦਾ, ਤੇ ਇਹ ਉਹਨੂੰ ਪੁੱਛਣ ਡਏ ਆ ਕਿ ਫਲਾਣੀ ਤੇਰੀ ਕੀ ਲੱਗਦੀ ਹੈ ਭਾਈ ਦੱਸ। ਸੋ ਰਾਜਨੀਤੀ ਇਸ ਸਮੇਂ ਸਭ ਮੁੱਦੇ ਮਾਦੇ ਸਭ ਕੁਛ ਵਿਸਾਰ ਕੇ ਕੇਂਦਰਿਤ ਹੋ ਗਈ ਆ। ਨੀਲੀਆਂ ਫਿਲਮਾਂ, ਪੀਲੀਆਂ ਫਿਲਮਾਂ, ਸਿਆਸੀ ਡਰਾਮੇ, ਸਭ ਕੁਛ ਇਹਨਾਂ ਤੇ। ਜਿਹੜੇ ਉੱਥੋਂ ਦੇ ਲੋਕ ਆ, ਬਾਰਡਰ ਏਰੀਏ ਦੇ ਲੋਕ ਆ, ਜਿਹੜੀਆਂ ਉਹਨਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਨੇ, ਉਹ ਮੁਸ਼ਕਲਾਂ ਤੇ ਆਪ ਵਿਚਾਰੀਆਂ ਮੁਸ਼ਕਲਾਂ 'ਚ ਫਸ ਗਈਆਂ, ਕਿਉਂਕਿ ਜਿਹੜੇ ਆ ਇਸ ਤਰ੍ਹਾਂ ਦੇ ਬੇਹੁਦਾ ਜੇ ਇਲਜ਼ਾਮ ਆ, ਆ ਕਸੂਤੀਆਂ ਜਾਂ ਜਿਹੜੀਆਂ ਫਿਲਮ ਆਈ ਜਾਂਦੀਆਂ, ਉਹਨਾਂ ਦੇ ਅੱਗੇ ਉਹਨਾਂ ਦੀਆਂ ਮੁਸ਼ਕਲਾਂ ਦੀ ਪੇਸ਼ ਹੀ ਕੋਈ ਨਹੀਂ ਚੱਲਦੀ। ਬਸ ਸਾਰੀ ਰਾਜਨੀਤੀ ਇਸੇ ਥਾਂ ਤੇ ਆ ਕੇ ਖੜ ਗਈ ਆ ਕਿ ਉਹ ਆ ਕੁਛ ਕਰਦਾ, ਉਹ ਆ ਕੁਛ ਕਰਦਾ। ਜਿਸ ਕੋ ਜਿਸ ਬੰਦੇ ਕੋਲ ਕੋਈ ਸਫਾਈ ਨਹੀਂ ਹੁੰਦੀ, ਉਹ ਕਹਿੰਦਾ ਜੀ ਮੈਂ ਵੀ ਕਰਦਾ, ਪਰ ਮੇਰੇ ਨਾਲ ਜ਼ਿਆਦਾ ਉਹ ਕਰਦਾ। ਇਹ ਰਾਜਨੀਤੀ ਇੱਥੇ ਆ ਕੇ ਇੰਨੀ ਜ਼ਿਆਦਾ ਗੰਧਲੀ ਜਾਪਦੀ ਪਈ ਆ, ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਜਿਹੜੇ ਬਾਰਡਰ ਏਰੀਏ ਦੇ ਲੋਕ ਬਹੁਤ ਸਾਰੀਆਂ ਮੁਸ਼ਕਲਾਂ 'ਚ ਘਿਰੇ ਆ, ਕਿ ਉਹਨਾਂ ਲਈ ਇਹ ਜ਼ਿਮਨੀ ਚੋਣ ਜਿਹੜੀ ਆ ਵਰਦਾਨ ਸਾਬਤ ਹੋਊਗੀ। ਜਿੱਦਾਂ ਕਿ ਅੱਗੇ ਬਹੁਤ ਸਾਰੇ ਏਰੀਏ 'ਚ ਅਸੀਂ ਦੇਖਿਆ, ਗਿੱਦੜਵਾ ਦੀ ਜਿਹੜੀ ਜ਼ਿਮਨੀ ਚੋਣ ਹੋਈ ਸੀ ਉਹ ਉਸ ਇਲਾਕੇ ਲਈ ਵਰਦਾਨ ਬਣ ਗਈ ਸੀ। ਖਡੂਰ ਸਾਹਿਬ ਦੀ ਜ਼ਿਮਨੀ ਚੋਣ ਹੋਈ, ਉੱਥੇ ਬਹੁਤ ਸਾਰੇ ਵਿਕਾਸ ਕਾਰਜ ਹੋਏ ਸੀ। ਇਹ ਜਿਹੜੀ ਜ਼ਿਮਨੀ ਚੋਣ ਜਿਹੜੀ ਕਿ ਉਸ ਪਛੜੇ ਇਲਾਕੇ ਲਈ ਵਰਦਾਨ ਸਾਬਤ ਹੋ ਸਕਦੀ ਸੀ, ਇਹ ਵਰਦਾਨ ਨਹੀਂ। ਇਹ ਤੇ ਇੱਕ ਤਰ੍ਹਾਂ ਨਾਲ ਇੱਕ ਦੂਜੇ ਦੇ ਕਿਰਦਾਰ ਦਾ ਘਾਣ ਸਾਬਤ ਹੋ ਰਹੀ ਹੈ, ਜਿੱਥੇ ਮੁਸ਼ਕਲਾਂ ਨਹੀਂ, ਜਿੱਥੇ ਸਿਰਫ ਤੇ ਸਿਰਫ ਮੁਸ਼ਕਲਾਂ ਖੇਡਣ ਦੀ ਰਾਜਨੀਤੀ ਕੀਤੀ ਜਾ ਰਹੀ ਹੈ, ਮੁਸ਼ਕਲਾਂ ਦੀ ਗੱਲ ਨਹੀਂ ਕੀਤੀ ਜਾ ਰਹੀ, ਸਿਰਫ ਤੇ ਸਿਰਫ ਦੂਜਿਆਂ ਲਈ ਮੁਸ਼ਕਲਾਂ ਖੜਨ ਦੀ ਖੜੇ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਹਾਂ ਬਿਲਕੁਲ ਸਹੀ ਆ ਜੀ, ਮੁੱਦੇ ਦੀ ਗੱਲ ਕੋਈ ਨਹੀਂ ਕਰਦਾ ਹੈਗਾ, ਉਹ ਉਸ ਦਿਨ ਤੋਂ ਹੀ ਲੱਗੇ ਹੋਏ ਨੇ ਇੱਕ ਦੂਸਰੇ ਦੇ ਉੱਤੇ ਚੱਕੜ ਸਿੱਟਣ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਮਿੰਟ ਗੁਰਸਰੀਆ ਜੀ। ਜੀ ਸ਼ੁਕਰੀਆ। ਥੈਂਕ ਯੂ ਜੀ। ਅਤੇ ਸਰੋਤੇ ਸਨ ਮੈਟ ਗੁਸਰੀਏ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।